ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬਹਿਸ ਲਾਈਵ ਕਿਉਂ ਨਹੀਂ ਹੋਣੀ ਚਾਹੀਦੀ? ਬਹਿਸ ਲਾਈਵ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਇਸ 'ਤੇ ਬਹੁਤ ਵਾਰ ਬਹਿਸ ਹੋ ਚੁੱਕੀ ਹੈ, ਅੱਜ ਵੀ ਬਹਿਸ ਕਰਨੀ ਪੈ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਵਫਦ ਹੈ ਜਿਹੜਾ ਉਹ ਜਾ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਆਇਆ ਕਿ ਕਾਰਵਾਈ ਹੈ ਜਿਹੜੀ ਬਜਟ ਇਜਲਾਸ ਦੀ ਉਹ ਲਾਈਵ ਦਿਖਾਉਣੀ ਚਾਹੀਦੀ ਹੈ। ਇਸ ਲਾਈਵ ਡਿਬੇਟ ਦੇ ਵਿੱਚ ਕੀ ਕੁਛ ਹੁੰਦਾ? ਤੁਹਾਡੇ ਲੀਡਰ, ਤੁਹਾਡੇ ਨੁਮਾਇੰਦੇ ਤੁਹਾਡੇ ਬਾਰੇ ਕਿੰਨੀਆਂ ਗੱਲਾਂ ਕਰਦੇ ਆ, ਤੁਹਾਡੇ ਮੁੱਦੇ ਕਿੰਨੇ ਚੱਕਦੇ ਹੈਗੇ ਆ, ਅਤੇ ਆਪਸ ਵਿੱਚ ਉਹ ਮਰਿਆਦਾ ਕਿੰਨੀ ਭੁੱਲਦੇ ਹੈਗੇ ਆ, ਸਾਰੇ ਜਾਂ ਬਾਹਰ ਆ ਜਾਣਗੀਆਂ। ਇਹ ਵੀ ਪਤਾ ਲੱਗ ਜੂਗਾ ਕਿ ਤੁਹਾਡੇ ਇਲਾਕੇ ਦੇ ਮੁੱਦੇ 'ਤੇ ਉਹਨਾਂ ਨੇ ਜੇ ਮੁੱਖ ਮੰਤਰੀ ਕੋਲ ਜਾਂ ਸਰਕਾਰ ਕੋਲ ਜਾਂ ਕੈਬਨਿਟ ਵਜ਼ੀਰ ਕੋਲ ਕੋਈ ਗੱਲ ਰੱਖੀ ਹੈਗੀ ਆ, ਉਸ ਦਾ ਨਿਪਟਾਰਾ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹ ਵੀ ਪਤਾ ਲੱਗ ਜੂਗਾ। ਅਤੇ ਇਹ ਵੀ ਪਤਾ ਲੱਗ ਜੂਗਾ ਕਿ ਤੁਹਾਡਾ ਲੀਡਰ ਕਿੰਨਾ ਪੜ੍ਹ ਕੇ ਜਾਂਦਾ, ਤੁਹਾਡੇ ਲੀਡਰ ਨੂੰ ਕਿੰਨੀ ਸਮਝ ਹੈਗੀ ਆ, ਤੁਹਾਡੇ ਲੀਡਰ ਨੂੰ ਗੱਲ ਕਰਨੀ ਕਿੰਨੀ ਆਉਂਦੀ ਆ, ਵੋਟਾਂ ਲੈਣੀਆਂ ਕਿੰਨੀਆਂ ਆਉਂਦੀਆਂ। ਇਹ ਦੋ ਚੀਜ਼ਾਂ ਵਿੱਚ ਬਹੁਤ ਫਰਕ ਹੁੰਦਾ, ਭਾਸ਼ਣ ਦੇਣਾ, ਵੋਟਾਂ ਲੈਣੀਆਂ ਅਤੇ ਤੁਹਾਡੇ ਮੁੱਦੇ ਚੁੱਕਣੇ, ਇਹ ਸਾਰੇ ਜਿਹਾ ਫਰਕ ਹੈਗਾ। ਅਤੇ ਹੁਣ ਜੇ ਅਸੀਂ ਲੋਕਤੰਤਰ ਦੇ ਚਾਰ ਪਿੱਲਰਸ ਦੀ ਗੱਲ ਕਰਦੇ ਹਾਂ, ਅਤੇ ਇਹ ਮਸਲਾ ਤਿੰਨ ਪਿੱਲਰਸ ਨਾਲ ਜੁੜਿਆ ਹੋਇਆ, ਅਤੇ ਇਸੇ 'ਤੇ ਅਸੀਂ ਬਹਿਸ ਕਰ ਰਹੇ ਹਾਂ ਕਿ ਬਹਿਸ ਲਾਈਵ ਕਿਉਂ ਨਹੀਂ। ਵਿਧਾਨ ਸਭਾ 'ਤੇ ਬਹਿਸ ਲਾਈਵ ਕਿਉਂ, ਅਤੇ ਇਸੇ ਮੁੱਦੇ 'ਤੇ ਅਸੀਂ ਬਹਿਸ ਕਰਨੀ ਹੈ। ਬਜਟ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁੜ ਚੁੱਕੀ ਹੈ ਵਿਧਾਨ ਸਭਾ ਦੀ ਕਾਰਵਾਈ ਲਾਈਵ ਕਰਨ ਦੀ ਮੰਗ। ਸਿੱਧੇ ਪ੍ਰਸਾਰਣ ਦੇ ਮੁੱਦੇ 'ਤੇ ਆਪ ਦਾ ਵਫਦ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿੱਚ ਇਹ ਮੁਲਾਕਾਤ ਹੁੰਦੀ ਹੈ। ਅਮਨ ਅਰੋੜਾ ਮੁਤਾਬਕ ਜਨਹਿਤ ਪਟੀਸ਼ਨ 'ਤੇ ਹਾਈਕੋਰਟ ਨੇ ਸਪੀਕਰ ਨੂੰ ਫੈਸਲਾ ਲੈਣ ਦਾ ਅਖਤਿਆਰ ਦਿੱਤਾ ਹੈ ਕਿ ਸਪੀਕਰ ਵੱਲੋਂ ਮਨਜ਼ੂਰੀ ਨਾ ਮਿਲਣ 'ਤੇ ਆਮ ਆਦਮੀ ਪਾਰਟੀ ਨੇ ਮੁੜ ਹਾਈਕੋਰਟ ਜਾਣ ਦੀ ਚੇਤਾਵਨੀ ਦਿੱਤੀ ਹੈ। ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਵੇਖਣ ਦੇ ਹੱਕ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ, ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ। ਸਿਰਫ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਲਈ ਮਨਜ਼ੂਰੀ ਦੇਣਾ ਬਰਾਬਰਤਾ ਦੇ ਸਿਧਾਂਤ ਦੀ ਉਲੰਘਣਾ ਹੈ, ਇਹ ਵੀ ਆਮ ਆਦਮੀ ਪਾਰਟੀ ਨੇ ਤਰਕ ਦਿੱਤਾ। ਸੰਸਦ ਦੇ ਦੋਵੇਂ ਸਦਨਾਂ ਸਣੇ ਹੋਰ ਅਨੇਕਾਂ ਸੂਬਿਆਂ ਦੇ ਇਜਲਾਸ ਦਾ ਸਿੱਧਾ ਪ੍ਰਸਾਰਣ ਹੋ ਸਕਦਾ ਤਾਂ ਪੰਜਾਬ ਦਾ ਕਿਉਂ ਨਹੀਂ, ਇਹ ਵੀ ਆਮ ਆਦਮੀ ਪਾਰਟੀ ਨੇ ਤਰਕ ਦਿੱਤਾ। ਅਤੇ ਆਮ ਆਦਮੀ ਪਾਰਟੀ ਕਹਿੰਦੀ ਕੀ ਹੈ, ਪਹਿਲਾਂ ਸੁਣ ਲਈਏ। ਪੂਰਨ ਹੱਕ ਹੈ ਪੰਜਾਬ ਦੇ ਲੋਕਾਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ, ਇਹ ਦੇਖਣ ਦਾ ਹੱਕ ਹੈ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ, ਚਾਹੇ ਸੱਤਾਧਾਰੀ ਧਿਰ ਦੇ ਵਿੱਚ ਨੇ ਤੇ ਚਾਹੇ ਆਪੋਜੀਸ਼ਨ ਦੇ ਵਿੱਚ ਨੇ, ਉਹਨਾਂ ਦੇ ਮਸਲੇ ਚੱਕਦੇ ਵੀ ਨੇ ਜਾਂ ਨਹੀਂ ਚੱਕਦੇ ਹੈਗੇ। ਮੁਲਕ ਦੀਆਂ ਦੋਨੋਂ ਪਾਰਲੀਮੈਂਟਸ, ਲੋਕ ਸਭਾ ਤੇ ਰਾਜ ਸਭਾ, ਉਹ ਲਾਈਵ ਦਿਖਾਈਆਂ ਜਾਂਦੀਆਂ, ਔਰ 7 ਅਸੈਂਬਲੀਜ਼ ਨੇ ਜਿਹੜੀਆਂ, ਗੋਆ, ਮਹਾਰਾਸ਼ਟਰ, ਕੇਰਲਾ, ਬਿਹਾਰ, ਯੂਪੀ, MP, ਇਹ ਸਾਰੀਆਂ, ਦਿੱਲੀ, ਇਹ ਸਾਰੀਆਂ ਅਸੈਂਬਲੀਜ਼ ਨੇ ਜਿਹੜੀਆਂ, ਇਹਨਾਂ ਦੀਆਂ ਪ੍ਰੋਸੀਡਿੰਗਸ ਲਾਈਵ ਦਿਖਾਈਆਂ ਜਾਂਦੀਆਂ। ਤੇ ਪੰਜਾਬ ਦੇ ਲੋਕਾਂ ਦੇ ਨਾਲ ਚੱਲਣ ਵਾਲੀ ਇਸ ਅਸੈਂਬਲੀ ਦੇ ਉੱਪਰ ਪਰਦੇ ਕਿਉਂ ਪਾਏ ਜਾਂਦੇ ਨੇ, ਕਿਉਂ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾਂਦਾ, ਔਰ ਕਿ ਵਿਧਾਨ ਸਭਾ ਦੇ ਵਿੱਚ ਅੰਦਰ ਕਈ ਮੈਂਬਰ ਨੇ ਜਿਹੜੇ, ਕੁਛ ਕੁ ਚੰਦ ਕੁ ਮੈਂਬਰ ਨੇ ਜਿਹੜੇ ਇੱਕ ਮਿੰਟ, ਮੈਨੂੰ ਕੰਪਲੀਟ ਕਰ ਲੈਂਦੇ ਜੀ, ਜਿਹੜੇ ਕਈ ਵਾਰੀ ਗਾਲੀ ਗਲੋਚ ਜਾਂ ਅਨਪਾਰਲੀਮੈਂਟਰੀ ਲੈਂਗੁਏਜ ਯੂਜ਼ ਕਰਦੇ ਨੇ, ਮੈਂ ਸਮਝਦਾ ਕਿ ਜੇ ਅਸੀਂ ਲੋਕ ਕੈਮਰੇ ਦੀ ਨਜ਼ਰ ਨੀਚੇ ਹੋਵਾਂਗੇ, ਲੱਖਾਂ ਲੋਕ ਸਾਨੂੰ ਦੇਖ ਰਹੇ ਹੋਣਗੇ, ਤੇ ਉਹ ਜਿਹੜੀ ਅਨਪਾਰਲੀਮੈਂਟਰੀ ਲੈਂਗੁਏਜ ਹੈ ਉਹ ਵੀ ਬੰਦ ਹੋ ਜਾਏਗੀ, ਔਰ ਲੋਕਾਂ ਦੇ ਕੰਮ ਦੀ ਗੱਲ, ਲੋਕਾਂ ਦੀ ਆਵਾਜ਼ ਚੰਗੇ ਵਧੀਆ ਪੋਜ਼ਿਟਿਵ ਤਰੀਕੇ ਦੇ ਨਾਲ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਸ ਬਹਿਸ ਦੇ ਵਿੱਚ ਅਸੀਂ ਇਹ ਪੁੱਛਾਂ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਹੋਣ 'ਤੇ ਕਿਹੜੇ VIP ਨੂੰ ਖਤਰਾ ਹੈਗਾ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਮੌਜੂਦ ਹੈ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਮਾਲਵਿੰਦ ਸਿੰਘ ਮਾਲੀ, ਪੋਲੀਟੀਕਲ ਕਮੈਂਟੇਟਰ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ। ਮਾਲੀ ਸਾਹਿਬ ਦਾ ਕਈ ਸਿਆਸੀ ਧਿਰਾਂ ਨਾਲ ਸੰਬੰਧ ਵੀ ਰਿਹਾ ਹੈਗਾ, ਅਤੇ ਮਾਲੀ ਸਾਹਿਬ ਨੂੰ ਇਹ ਪਤਾ ਹੈਗਾ ਕਿ ਸਿਆਸੀ ਧਿਰਾਂ ਕਮਰੇ ਵਿੱਚ ਕੀ ਬੈਠਕਾਂ ਕਰਦੀਆਂ ਅਤੇ ਵਿਧਾਨ ਸਭਾ ਵਿੱਚ ਜਾ ਕੇ ਬੋਲਦੀਆਂ ਕੀ ਹੈਗੀਆਂ, ਅਤੇ ਮੀਡੀਆ ਦੇ ਕਮਰੇ ਅੱਗੇ ਕੀ ਕਹਿੰਦੀ ਹੈਗੀ ਆ, ਇਹ ਸਾਰਾ ਕੁਝ ਮਾਲੀ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈਗੇ, ਕਿਉਂਕਿ ਕੈਮਰੇ ਅੱਗੇ ਬੋਲਣਾ ਕੁਛ ਹੋਰ ਹੁੰਦਾ ਅਤੇ ਆਪਸ ਵਿੱਚ ਚਰਚਾ ਕਰਨੀ ਕੁਛ ਹੋਰ ਹੁੰਦੀ ਹੈ, ਦੁਬਾਰਾ ਹੁੰਦੀਆਂ ਆਪਸ ਵਿੱਚ, ਕਈ ਵਾਰੀ ਦੁਬਾਰਾ ਟੁੱਟ ਵੀ ਜਾਂਦੀਆਂ ਹੈਗੀਆਂ। ਅਤੇ ਹਰਚੰਦ ਸਿੰਘ ਬਾਟ, ਇਹ ਸੀਨੀਅਰ ਵਕੀਲ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਕਿਉਂਕਿ ਇਹ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਹੈਗਾ, ਇਸ ਲਈ ਬਾਟ ਸਾਹਿਬ ਨੂੰ ਇੱਥੇ ਸੱਦਿਆ। ਬਾਟ ਸਾਹਿਬ ਨੂੰ ਲੰਬਾ ਤਜਰਬਾ ਹੈਗਾ ਸਮਝਣ ਦਾ, ਸਿਆਸਤ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ, ਅਤੇ ਇਹ ਸਿਆਸਤ ਦੇ ਵਿਚਾਲੇ
ਅਦਾਲਤਾਂ ਕੀ ਫੈਸਲੇ ਕਰਦੀਆਂ ਬਾਠ ਸਾਹਿਬ ਨੂੰ ਇਸ ਬਾਰੇ ਵੀ ਸਮਝਾਂਗੀ। ਬਾਠ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੋਵਿੰਦਰ ਮਿੱਤਲ ਆਮ ਆਦਮੀ ਪਾਰਟੀ ਦੇ ਬੁਲਾ ਰਹੇ, ਮਿੱਤਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਤੇ ਸੁਰਜੀਤ ਸਿੰਘ ਸਵੈਚ ਕਾਂਗਰਸ ਦੇ ਬੁਲਾ ਰਹੇ ਆ, ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਹ ਸਾਰੇ ਵਕੀਲ ਹੀ ਹੈ, ਚਾਰ ਪੈਨਲਿਸਟ ਆ ਜਿਹੜੇ ਸਾਡੇ ਵਕੀਲ ਬੈਠੇ ਇੱਥੇ, ਗੋਵਿੰਦਰ ਮਿੱਤਲ, ਸੁਰਜੀਤ ਸਿੰਘ ਸਵੈਚ, ਅਮਰਜੀਤ ਧਾਰਨੀ, ਹਰਚਰਨ ਸਿੰਘ ਬਾਠ ਅਤੇ ਇਸ ਦੇ ਵਿਚਾਲੇ ਮਾਲਵੀ ਸਿੰਘ ਮਾਲੀ ਪੋਲੀਟੀਕਲ ਕਮੈਂਟਰ ਦੇ ਤੌਰ 'ਤੇ ਮੌਜੂਦ ਰਹਿਣਗੇ ਸਾਡੇ ਨਾਲ। ਸਭ ਤੋਂ ਪਹਿਲਾ ਸਵਾਲ ਗੋਵਿੰਦਰ ਮਿੱਤਲ ਤੁਹਾਨੂੰ ਕਰਨਾ ਚਾਹੂੰਗਾ। ਗੋਵਿੰਦਰ ਮਿੱਤਲ, ਬਹਿਸ ਲਾਈਵ ਹੋਣੀ ਚਾਹੀਦੀ ਹੈ, ਤੁਹਾਡੇ ਤਰਕ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ, ਪਰ ਜਿਹੜਾ ਮੁੱਦਾ ਤੁਸੀਂ ਇੱਥੇ ਚੱਕ ਰਹੇ ਹੋ, ਇਸ ਮੁੱਦੇ ਵਿਚਾਲੇ ਸਵਾਲ ਇਹ ਹੈਗਾ ਕਿ ਇੱਕ ਰਿਸਰਚ ਹੋਈ ਸੀ, ਮੈਂ ਉਸ ਰਿਸਰਚ ਦਾ ਹਵਾਲਾ ਦੇ ਰਿਹਾ। ਉਸ ਰਿਸਰਚ ਵਿੱਚ ਕਿਹਾ ਗਿਆ ਸੀਗਾ ਕਿ ਜੇ ਬਹਿਸ ਲਾਈਵ ਹੋ ਗਈ ਤਾਂ ਟੀ ਵੀ ਬਹੁਤ ਟੁੱਟ ਸਕਦੇ ਆ, ਤੁਸੀਂ ਤਾਂ ਨੁਕਸਾਨ ਕਰਨ ਕੋ ਗੁਰਵਿੰਦਰ ਮਿੱਤਲ। ਦੇਖੋ ਕੇਪੀ ਸਿੰਘ, ਗੱਲ ਇਹ ਆ ਕਿ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਤੁਸੀਂ ਉਹ ਆਪਣੇ ਆਪ ਹੀ ਕਹਿ ਦਿੱਤੀ ਆ। ਟੀਵੀ ਕਿਉਂ ਟੁੱਟ ਜਾਣੇ? ਕਿਉਂਕਿ ਅੱਜ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਜਿਹੜਾ ਉਹਨਾਂ ਦਾ ਕਿਰਦਾਰ ਆ ਉਹ ਤੁਸੀਂ ਦੇਖੋ ਵੀ ਕਿੱਥੇ ਤੱਕ ਥੱਲੇ ਗਿਰ ਰਿਹਾ। ਆਪਾਂ ਨੂੰ ਕਿੰਨੀਆਂ ਨਿਊਜ਼ ਇਸਦਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੇ ਸਾਡੇ ਵਿਧਾਨ ਸਭਾਵਾਂ ਦੇ ਵਿੱਚ, ਚਾਹੇ ਉਹ ਪਾਰਲੀਮੈਂਟ ਹੋਵੇ, ਚਾਹੇ ਰਾਜ ਸਭਾ ਹੋਵੇ, ਚਾਹੇ ਸਟੇਟ ਅਸੈਂਬਲੀ ਹੋਣ, ਉੱਥੇ ਜਿਹੜੇ ਸਾਡੇ MLAs ਨੇ MPs ਨੇ ਉਹਨਾਂ ਦਾ ਐਕਟ ਐਂਡ ਕੰਡਕਟ ਉੱਥੇ ਕਿਹਾ ਜਾ ਰਹਿੰਦਾ। ਪਿੱਛੇ ਜਦੋਂ ਥੋੜੀ ਪੁਰਾਣੀ ਗੱਲ ਆ ਕਿ ਕਰਨਾਟਕਾ ਵਿਧਾਨ ਸਭਾ ਦਾ ਇੱਕ ਸੀਨ ਆਇਆ ਸੀਗਾ, ਉੱਥੇ BJP ਦੇ ਜਿਹੜੇ ਵਿਧਾਇਕ ਸੀ ਉਹ ਪੋਰਨ ਵੀਡੀਓਜ਼ ਮੋਬਾਈਲ ਦੇ ਉੱਪਰ ਦੇਖਦੇ ਫੜੇ ਗਏ ਸੀਗੇ। ਪਾਰਲੀਮੈਂਟ ਦਾ ਸੀਨ ਕਿਸੇ ਨੂੰ ਨਹੀਂ ਭੁੱਲਿਆ ਜਦੋਂ ਅਡਵਾਨੀ ਸਾਹਿਬ ਹੋਰਾਂ ਨੇ ਉੱਥੇ ਨੋਟ ਲਹਿਰਾਏ ਸੀ ਪਾਰਲੀਮੈਂਟ ਦੇ ਵਿੱਚ। ਤੇ ਇਦਾਂ ਹੀ ਪੰਜਾਬ ਵਿਧਾਨ ਸਭਾ ਦੀ ਅਗਰ ਮੈਂ ਗੱਲ ਕਰਾਂ, ਵਿਕਰਮ ਮਜੀਠੀਆ ਦੀ ਗਾਲ ਹਜੇ ਤੱਕ ਸਭ ਨੂੰ ਜ਼ਿਆਦਾ ਜਿਹੜੀ ਮੁੱਛਾਂ ਨੂੰ ਤਾਓ ਦੇ ਕੇ ਕੱਢੀ ਗਈ ਸੀ। ਇਸ ਕਰਕੇ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਸਾਡੇ ਵੀ ਨੇ, ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਸਾਡੇ ਨੁਮਾਇੰਦੇ ਅੱਜ ਮਿੱਤਲ ਸਾਹਿਬ, ਤੁਸੀਂ ਕਿਰਦਾਰ ਉੱਚਾ ਕਰਨਾ ਜਾਂ ਪੰਜਾਬ ਦੇ ਮਸਲੇ ਹੱਲ ਕਰੋ? ਨਹੀਂ ਨਹੀਂ, ਦੇਖੋ ਗੱਲ ਉੱਥੇ ਫਿਰ ਆ ਗਈ ਗੱਲ। ਦੇਖੋ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਗਾਲੀ ਗਲੋਚ ਨਾਲ ਹੱਲ ਨਹੀਂ ਹੋਣੇ। ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਇੱਕ ਸੁਹਿਰਦ ਬਹਿਸ ਹੋਣੀ ਚਾਹੀਦੀ ਹੈ, ਸੁਹਿਰਦ ਤਰੀਕੇ ਨਾਲ ਉੱਥੇ ਮੁੱਦੇ ਚੱਕਣੇ ਚਾਹੀਦੇ ਨੇ, ਉਹਨਾਂ 'ਤੇ ਡਿਸਕਸ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਪੂਰਾ ਹੱਕ ਆ ਕਿ ਉਹ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਉੱਥੇ ਦੇਖ ਸਕਣ। ਜਿੱਦਾਂ ਕਿ ਤੁਸੀਂ ਪਹਿਲਾਂ ਕਿਹਾ ਕਿ ਅਦਰਵਾਈਜ਼ ਬੋਲਣਾ ਅਤੇ ਕੈਮਰੇ ਦੇ ਅੱਗੇ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜਦੋਂ ਕੈਮਰਾ 'ਤੇ, ਜਦੋਂ ਮੀਡੀਆ ਫੋਰਥ ਪਿਲਰ ਆਫ ਡੈਮੋਕ੍ਰੇਸੀ ਅਸੀਂ ਕਹਿੰਦੇ ਹਾਂ, ਤਾਂ ਉੱਥੇ ਰਾਈਟ ਆ ਕੇ ਲੋਕ ਮੀਡੀਆ ਨੂੰ ਮੀਡੀਆ ਦੇ ਜ਼ਰੀਏ ਲੋਕ ਜਿਹੜੀ ਹੈਗੀ ਕਾਰਗੁਜ਼ਾਰੀ ਦੇਖ ਸਕਣ। ਜਦੋਂ ਕਿ ਇੱਕ ਪਾਸੇ ਅਸੀਂ ਕਹਿੰਦੇ ਕਿ 70 ਲੱਖ ਰੁਪਈਆ ਇੱਕ ਦਿਨ ਦਾ ਸੈਸ਼ਨ ਚਲਾਉਣ 'ਤੇ ਉੱਥੇ ਖਰਚਾ ਆਉਂਦਾ, ਤਾਂ ਉਹ ਟੈਕਸ ਪੇਅਰ ਪੰਜਾਬ ਦੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਹਾਰਡ ਅਰਨ ਮਣੀ ਆ, ਜਿਹੜੀ ਸਾਡੇ ਜਿਹੜੇ ਵਿਧਾਨ ਸਭਾ ਚਲਾਉਣ 'ਤੇ ਜਿਹੜਾ ਖਰਚਾ ਹੁੰਦਾ, ਤਾਂ ਪੰਜਾਬ ਦੇ ਲੋਕਾਂ ਨੂੰ ਇਹ ਅਧਿਕਾਰ ਆ ਕਿ ਉਹ ਵਿਧਾਨ ਸਭਾ ਦੀ ਕਾਰਗੁਜ਼ਾਰੀ ਪੂਰੇ ਸੁਚੱਜੇ ਤਰੀਕੇ ਨਾਲ ਟੈਲੀਵਿਜ਼ਨ ਦੇ ਮੂਹਰੇ ਬੈਠ ਕੇ ਦੇਖ ਸਕਣ। ਅਗਰ ਕੋਈ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ, ਉਹਨਾਂ ਦੇ ਹਲਕੇ ਦਾ ਵਿਧਾਇਕ ਉੱਥੇ ਉਹਨਾਂ ਦੀ ਗੱਲ ਨਹੀਂ ਕਰਦਾ, ਉੱਥੇ ਉਹਨਾਂ ਦੀ ਡਫਲੀ ਨਹੀਂ ਬਜਾਉਂਦਾ, ਸਿਰਫ ਆਪਣੀ ਡਫਲੀ ਬਜਾਉਂਦਾ ਜਾਂ ਆਪਣੀ ਨਿੱਜੀ ਕਿਹੜਾ ਕੱਢਣ ਦੇ ਲਈ ਉੱਥੇ ਗਾਲੀ ਗਲੋਚ ਕਰਦਾ, ਤਾਂ ਉਹ ਹਲਕੇ ਦੇ ਵਿੱਚ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿ ਅਸੀਂ ਤੁਹਾਡਾ ਇਸ਼ੂ ਦੇਖਿਆ ਸੀ। ਵੈਸੇ ਤੁਹਾਡੀ ਪਾਰਟੀ ਦੇ ਵਿਧਾਇਕਾਂ ਨੇ ਵੀ ਉੱਥੇ ਕਈ ਵਾਰੀ ਇਹੋ ਜਿਹੀ ਗਾਲੀ ਗਲੋਚ ਕੀਤੀ। ਦੇਖੋ ਮੈਂ ਕਹਿੰਦਾ ਸਾਡੇ ਅਸੀਂ ਗੁਰਿੰਦਰ ਮਿੱਤਲ, ਉਹ ਟੀਵੀ 'ਤੇ ਨਹੀਂ ਆਈਆਂ ਡਿਬੇਟਸ, ਉਹ ਟੀਵੀ 'ਤੇ ਬਹਿਸ ਨਹੀਂ ਆਈ, ਕਾਰਵਾਈ ਨਹੀਂ ਆਈ, ਅਤੇ ਉੱਥੋਂ ਵੀ ਐਕਸਪੰਜ ਕੀਤਾ ਜਾਂਦਾ ਸਾਰਾ ਕੁਝ। ਇਸ ਕਰਕੇ ਮੈਂ ਵੀ ਨਹੀਂ ਦੱਸ ਸਕਦਾ ਕਿਹੜੇ ਵਿਧਾਇਕ ਨੇ ਕੱਢੀ ਸੀ। ਨਹੀਂ ਨਹੀਂ, ਦੇਖੋ ਗੱਲ ਇਹ ਹੈ ਕਿ ਪੀ ਸਿੰਘ, ਮੈਂ ਪਹਿਲਾਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਧਾਇਕ ਹੋਵੇ, ਪਟੀਸ਼ਨ ਅਸੀਂ ਪਾਈ ਹੈ ਨਾ, ਇਹ ਅੱਜ ਤੋਂ ਨਹੀਂ ਇਸ਼ੂ ਚੱਲ ਰਿਹਾ। 2 ਸਾਲ ਤੋਂ ਇਸ਼ੂ ਚੱਲ ਰਿਹਾ, 2 ਸਾਲ ਤੋਂ ਪਹਿਲਾਂ ਅਸੀਂ ਸਪੀਕਰ ਸਾਹਿਬ ਨੂੰ ਮੰਗ ਪੱਤਰ ਦਿੱਤਾ, ਉਦੋਂ 'ਤੇ ਕਾਰਗੁਜ਼ਾਰੀ ਨਹੀਂ, ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੀਤ ਹੇਅਰ ਜੀ ਨੇ, ਸਾਡੇ MLA, ਉਹਨਾਂ ਨੇ ਇੱਕ change.org ਦੇ ਜ਼ਰੀਏ ਇੱਕ ਆਨਲਾਈਨ ਪਟੀਸ਼ਨ ਜਿਹੜੀ ਹੈਗੀ ਸੀ ਸਾਈਨ ਕਰਵਾਉਣ ਦੀ, ਉਹ ਵੀ ਇੱਕ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਇੱਕ ਲੀਗਲ ਨੋਟਿਸ ਵੀ ਭੇਜਿਆ ਗਿਆ, ਫਿਰ ਅਸੀਂ ਹਾਈਕੋਰਟ ਦਾ ਰੁਖ ਕੀਤਾ ਅਮਨ ਅਰੋੜਾ ਜੀ ਨੇ। ਉਸ ਤੋਂ ਬਾਅਦ ਹਾਈਕੋਰਟ ਨੇ ਇਹ ਫੈਸਲਾ ਕੀਤਾ ਕਿ ਸਪੀਕਰ ਇਹਨਾਂ ਦੀ ਜਿਹੜੀ ਗੱਲ ਸੁਣੇ ਐਕਸਪੀਡੀਅਸਲੀ ਇਸ ਨੂੰ ਡਿਸਾਈਡ ਕਰੇ। ਅਗਰ ਅਮਨ ਅਰੋੜਾ ਜੀ ਉਸ ਡਿਸੀਜਨ ਤੋਂ ਸੈਟੀਸਫਾਈਡ ਨਹੀਂ ਹੁੰਦੇ ਤਾਂ ਉਹਨਾਂ ਨੂੰ ਫਿਰ ਇੱਕ ਲਿਬਰਟੀ ਆ ਕਿ ਦੁਬਾਰਾ ਹਾਈਕੋਰਟ ਦੇ ਵਿੱਚ ਮੂਵ ਕਰਨ। ਹੁਣ ਅਸੀਂ ਅੱਜ ਉਸੇ ਗੱਲ ਨੂੰ ਲੈ ਕੇ ਹਾਈਕੋਰਟ ਦੀ ਜੱਜਮੈਂਟ ਦੇ ਆਧਾਰ ਦੇ ਉੱਤੇ ਅਸੀਂ ਆਨਰੇਬਲ ਸਪੀਕਰ ਨੂੰ ਮਿਲੇ ਆ, ਇਹ ਮੰਗ ਕੀਤੀ ਆ ਕਿ ਇਸ ਨੂੰ ਜਿਹੜਾ ਸਾਡਾ ਇਸ਼ੂ ਆ ਇਹਨੂੰ ਸੋਲਵ ਕੀਤਾ ਜਾਵੇ। ਤੁਹਾਡੀ ਪਾਰਟੀ ਦੇ ਵਿਧਾਇਕਾਂ ਦੇ ਮੁਤਾਬਕ ਮੈਂ ਬਹਿਸ ਵਿੱਚ ਵੀ ਤੁਹਾਨੂੰ ਜ਼ਿਆਦਾ ਵਕਤ ਦਿੱਤਾ। ਵਿਧਾਨ ਸਭਾ ਦੀ ਕਾਰਵਾਈ ਲਾਈਵ ਕਰਨ ਤੋਂ ਡਰ ਕਿਉਂ ਲੱਗਦਾ? ਨਹੀਂ, ਕੋਈ ਡਰ ਨਹੀਂ ਹੈ। ਤੁਸੀਂ ਐਡੇ ਐਡੇ ਵੱਡੇ ਦਾਅਵੇ ਕਰਦੇ ਹੋ, ਸਰਕਾਰ ਨੇ ਆਹ ਕਰਤਾ ਉਹ ਕਰਤਾ, ਤੇ ਲਾਈਵ ਦਿਖਾ ਦਿਓ ਨਾ ਜੋ ਕੀਤਾ। ਬਿਲਕੁਲ ਹੀ ਕੋਈ ਡਰ ਨਹੀਂ ਹੈਗਾ ਜੀ, ਕਰ ਦਿਓ ਫਿਰ ਅਨਾਊਂਸ। ਹੁਣ ਜਿਹੜਾ ਹੈਗਾ ਜਿੱਥੋਂ ਤੱਕ ਲਾਈਵ ਟੈਲੀਕਾਸਟ ਹੈ, ਪਾਰਲੀਮੈਂਟ ਦਾ ਹੋ ਹੀ ਰਿਹਾ ਜੀ, ਲੋਕ ਸਭਾ ਦਾ, ਰਾਜ ਸਭਾ ਦਾ ਹੋ ਰਿਹਾ। ਕਈ ਜਿਵੇਂ ਤੁਸੀਂ ਦੱਸਿਆ ਇਹਨਾਂ ਨੇ ਵੀ ਅਮਨ ਅਰੋੜਾ ਨੇ ਵੀ ਦੱਸਿਆ ਕਿ ਕਿੰਨੀਆਂ 7-8 ਹੋਰ ਅਸੈਂਬਲੀ ਦੇ ਵਿੱਚ ਜਿਹੜੀਆਂ ਹੈਗੀਆਂ ਹੋ ਰਹੀਆਂ। ਪੰਜਾਬ ਦੇ ਵਿੱਚ ਮਾਨਯੋਗ ਹਾਈਕੋਰਟ ਨੇ ਸਪੀਕਰ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੋਈ ਹੈ, ਅਤੇ ਅੱਜ ਜਿਹੜਾ ਹੈਗਾ ਇਹ ਮੇਲੇ ਵੀ ਹੈਗੇ ਨੇ,
ਤੇ ਉਹ ਫੈਸਲਾ ਬਹੁਤ ਜਲਦ ਜਿਹੜੇ ਹੈਗੇ ਸਪੀਕਰ ਸਾਹਿਬ ਕਰ ਲੈਣਗੇ ਤੇ ਮੈਨੂੰ ਆਸ ਹੈ ਕਿ ਉਹ ਸਰਕਾਰ ਤਿਆਰ ਹੈ ਜਵਾਬ ਦੇ ਦੋ ਨਾ ਨਾਲ ਤੁਸੀਂ ਕਿਉਂ ਨਹੀਂ ਕੀਤੀ 10 ਸਾਲ ਜਿਹੜੀ ਗੱਲ ਰਹਿ ਗਈ ਹੁਣ ਉਹਦਾ ਮੈਂ ਕੀ ਜਵਾਬ ਦੇ ਸਕਦਾ ਕਿਉਂ ਨਹੀਂ ਜਵਾਬ ਦੇ ਸਕਦੇ ਧਾਰੀ ਸਾਹਿਬ ਅੱਜ ਦੇਖੋ ਅੱਜ ਮੈਟਰ ਹੈ ਜਿਹੜਾ ਹਾਈ ਕੋਰਟ ਦੇ ਥਰੂ ਆ ਕੇ ਜਿਹੜਾ ਹੈਗਾ ਕੋਰਟਾਂ ਦੇ ਦਖਲ ਤੋਂ ਬਿਨਾਂ ਕੁਛ ਨੀ ਹੋਊਗਾ ਜਿਹੜਾ ਕੋਰਟ ਹੈ ਨਾ ਕੋਰਟ ਨੇ ਵੀ ਖੂਹ ਦੇ ਵਿੱਚ ਇੱਟ ਸਿੱਟੀ ਹੈ ਉਹਨਾਂ ਨੇ ਵੀ ਕਲੀਅਰ ਫੈਸਲਾ ਨੀ ਕਰਿਆ ਉਹਨੇ ਬਾਲ ਹੈ ਜਿਹੜੀ ਉਹ ਸਪੀਕਰ ਸਾਹਿਬ ਦੇ ਪਾਲੇ ਚ ਸਿੱਟੀ ਔਰ ਸਪੀਕਰ ਸਾਹਿਬ ਫੈਸਲਾ ਲੈਣਗੇ ਸਪੀਕਰ ਸਾਹਿਬ ਉਹ ਫੈਸਲਾ ਲੈਣਗੇ ਜਿਹੜਾ ਕਾਂਗਰਸ ਉਹਨਾਂ ਨੂੰ ਕਹੂਗੀ ਇਮਾਨਦਾਰੀ ਵਰਤ ਲੈਣੀ ਚਾਹੀਦੀ ਹੈ ਮੈਂ ਸਮਝਦਾ ਵਾਂ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਰਿਪ੍ਰੈਜੈਂਟੇਟਿਵ ਹੈ ਨਾ ਸਿਆਸੀ ਧਿਰਾਂ ਨੇ ਉਹਨਾਂ ਦੀਆਂ ਕੁਝ ਮਜਬੂਰੀਆਂ ਜ਼ਰੂਰ ਹੁੰਦੀਆਂ ਪਰ ਫਿਰ ਵੀ ਦੇਖੋ ਲੋਕ ਦੇਖਦੇ ਆ ਲੋਕ ਜਾਣਦੇ ਆ ਲੋਕ ਸੁਣਦੇ ਵੀ ਆ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਵੇਖੋ ਠੀਕ ਗੱਲ ਨਹੀਂ ਕਰ ਰਹੇ ਐਵੇਂ ਵਿੰਗੇ ਟੇਢੇ ਢੰਗ ਨਾਲ ਜਿਹੜੀਆਂ ਉਹ ਗੱਲ ਘੁਮਾ ਰਹੇ ਉਹਨਾਂ ਦਾ ਰਾਈਟ ਵੀ ਹੈ ਚਲੋ ਐਨੀ ਹਾਓ ਆਈ ਵਿਲ ਨੋਟ ਗੋ ਇਨ ਡੈਟ ਸਭ ਤੋਂ ਪਹਿਲਾਂ ਜਿਹੜਾ ਇਸ਼ੂ ਸੀ ਕਿ ਜਿਹੜੀ ਲਾਈਵ ਜਿਹੜੀ ਆ ਉਹ ਡਿਬੇਟਸ ਜੋ ਵੀ ਆ ਡਿਬੇਟਸ ਤੋਂ ਬੈਟਰ ਹੈ ਕਿ ਕਾਰਵਾਈ ਜੋ ਵੀ ਪ੍ਰੋਸੀਡਿੰਗ ਜੋ ਪ੍ਰੋਸੀਡਿੰਗਸ ਹੈ ਪੂਰੇ ਸੈਸ਼ਨ ਦਾ ਡਿਬੇਟ ਨਾਲੋਂ ਬੈਟਰ ਇਹ ਹੈ ਕਿ ਪੂਰੀ ਕਾਰਵਾਈ ਜੋ ਵੀ ਹੈ ਉਹ ਲਾਈਵ ਹੋਵੇ ਇਹਦੇ ਲਈ ਸਭ ਤੋਂ ਪਹਿਲਾਂ ਇਨੀਸ਼ੀਏਟਿਵ ਲੋਕ ਸਭਾ ਦੇ ਵਿੱਚ ਸੋਮਨਾਥ ਚੈਟਰਜੀ ਜਦੋਂ ਸਪੀਕਰ ਸੀ ਉੱਥੋਂ ਦੇ ਉਹਨਾਂ ਨੇ ਇਨੀਸ਼ੀਏਟਿਵ ਲਿਆ ਬਹੁਤ ਹੀ ਵੱਡੇ ਪਰਸਨੈਲਿਟੀ ਸੀ ਉਹ ਅੱਜ ਕੱਲ੍ਹ ਸਾਡੇ ਵਿੱਚ ਨਹੀਂ ਰਹੇ ਔਰ ਬੜੇ ਰਿਸਪੈਕਟੇਬਲ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ ਸੀ ਜਿਹਦੇ ਵਿੱਚ ਲੋਕ ਸਭਾ ਚੈਨਲ ਔਰ ਰਾਜ ਸਭਾ ਚੈਨਲ ਦੋ ਇੰਡੀਪੈਂਡੈਂਟ ਚੈਨਲ ਬਣਾਏ ਜਿਹੜੇ ਕਾਰਵਾਈ ਜਿਹੜੀ ਲੋਕ ਸਭਾ ਦੀ ਰਾਜ ਸਭਾ ਦੀ ਉਹਨੂੰ ਪ੍ਰਸਾਰਨ ਕਰਨ ਤੋਂ ਇਲਾਵਾ ਵੀ ਜਿਹੜੀਆਂ ਡਿਬੇਟਸ ਦੇ ਨਾਲ ਕੰਸਰਨਡ ਕਾਰਵਾਈ ਦੇ ਨਾਲ ਕੰਸਰਨਡ ਇਸ਼ੂ ਸੀ ਗਵਰਨਮੈਂਟ ਦੇ ਨਾਲ ਕੰਸਰਨਡ ਇਸ਼ੂ ਸੀ ਕਰੰਟ ਇਸ਼ੂ ਸੀ ਉਹ ਉੱਥੇ ਆਪਣੇ ਕਰਦੇ ਸੀ ਹੁਣ ਜਿੱਥੋਂ ਤੱਕ ਇਸ ਇਸ਼ੂ ਦਾ ਹੈ ਇਹ ਜਿਹੜਾ ਹੁਣ ਚੱਲ ਰਿਹਾ ਦੇਖੋ ਮੈਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਹਾਂ ਕਿ ਸਾਡੀਆਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਜ਼ ਹੈ ਉਹ ਕਦੇ ਵੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ ਕਿ ਅਸੀਂ ਜਿਹੜੀ ਆ ਲਾਈਵ ਡਿਬੇਟ ਕਰੀਏ ਉਹਨਾਂ ਨੂੰ ਜਿਹੜੀ ਵੀ ਪਾਰਟੀ ਕੋਰਟ ਦਾ ਪੱਖ ਦੱਸ ਸਕਦੇ ਤੁਸੀਂ ਕੋਰਟ ਦਾ ਪੱਖ ਉਹਦੇ ਤੇ ਆ ਰਹੇ ਜੀ ਉਹਦੇ ਤੇ ਆ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੈ ਨਾ ਉਹ ਨਹੀਂ ਚਾਹੁੰਦੀ ਹੈ ਕਿ ਇਹ ਲਾਈਵ ਪ੍ਰਸਾਰਨ ਹੋਵੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਡਰ ਜਿਹੜੀ ਦੂਸਰੀ ਗੱਲ ਕੋਰਟ ਦੀ ਹੈ ਦੇਖੋ ਜੀ ਇਹ ਜਿਹੜਾ ਇਸ਼ੂ ਹੈ ਨਾ ਇਹ ਪੂਰੀ ਤਰ੍ਹਾਂ ਜਿਹੜਾ ਹੈ ਉਹ ਸਪੀਕਰ ਦੇ ਜੁਰੀਡਿਕਸ਼ਨ ਦੇ ਵਿੱਚ ਹੈ ਸਪੀਕਰ ਦੇ ਅੰਡਰ ਆ ਅਸੈਂਬਲੀ ਦਾ ਜਿਹੜਾ ਪੂਰੀ ਕਾਰਵਾਈ ਹੈ ਉਹਦੇ ਵਿੱਚ ਉਹ ਸੋਵਰੇਨ ਆ ਸਾਰੀ ਕਾਰਵਾਈ ਨਹੀਂ ਚਲਾਉਣ ਦਾ ਉਸਨੂੰ ਲਾਈਵ ਕਰਨ ਦਾ ਜਾਂ ਨਾ ਕਰਨ ਦਾ ਇਹਦੇ ਵਿੱਚ ਹਾਈ ਕੋਰਟ ਜਿਹੜੇ ਆ ਉਹਦੀਆਂ ਬਹੁਤ ਘੱਟ ਜਿਹੜੇ ਬਹੁਤ ਹੀ ਲਿਮਿਟਿਡ ਪੋਸੀਬਿਲਟੀਜ਼ ਹੈ ਚਾਹੇ ਵਾਈਡ ਪਾਵਰਸ ਹੈ
ਬਹੁਤ ਲਿਮਿਟਿਡ ਪੋਸੀਬਿਲਿਟੀਜ਼ ਹੈ ਕਿ ਉਸੇ ਦੇ ਤੌਰ ਤੇ ਡਾਇਰੈਕਸ਼ਨ ਦੇ ਕੇ ਤੁਸੀਂ ਕਰੋ। ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਬੈਸ ਲਾਈਵ ਕਿਉਂ ਨਹੀਂ, ਅਸੀਂ ਇਸ ਤੇ ਚਰਚਾ ਕਰ ਰਹੇ ਹੈਗੇ। ਸਵਾਲ ਇਹ ਹੈਗਾ ਕਿ ਪੂਰਾ ਜਿਲ੍ਹਾ ਇਸ ਲਾਈਵ ਦਿਖਾਇਆ ਜਾ ਸਕਦਾ ਨਹੀਂ ਦਿਖਾਇਆ ਜਾ ਸਕਦਾ। ਸਵਾਲ ਇੱਥੇ ਆ ਕੇ ਰੁਕਦਾ ਹੈਗਾ ਕਿ ਲੋਕ ਤਿਆਰ ਹੈ ਕਿ ਇਸ ਬਹਿਸ ਨੂੰ ਦੇਖਣ ਦੇ ਲਈ, ਇਸ ਕਾਰਵਾਈ ਨੂੰ ਦੇਖਣ ਦੇ ਲਈ। ਇੱਕ ਰਿਸਰਚ ਇਹ ਵੀ ਹੋਈ ਹੈ, ਉਹ ਰਿਸਰਚ ਵੈਸੇ ਹੈ ਬਹੁਤ ਪੁਰਾਣੀ ਹੈ, ਉਸ ਰਿਸਰਚ ਵਿੱਚ ਇਹ ਕਿਹਾ ਗਿਆ ਕਿ ਲੋਕਾਂ ਦੇ ਜਿਹੜਾ ਮਨ ਹੈ, ਦਿਮਾਗ ਆ, ਉਹਨਾਂ 'ਤੇ ਤਣਾਅ ਵੱਧ ਜਾਵੇਗਾ, ਸਟ੍ਰੈਸ ਵੱਧ ਜਾਵੇਗਾ। 75% ਲੋਕ ਇਹ ਮੰਨਦੇ ਪਏ ਹੈਗੇ ਆ, ਉਸ ਖੋਜ ਦੇ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈਗੀ ਹੈ। ਪਤਾ ਨਹੀਂ ਉਸ ਸੋਧ ਨੂੰ ਅਸੀਂ ਕਿੰਨਾ ਨਾਲ ਲੈ ਕੇ ਚੱਲ ਸਕਦੇ ਹੈਗੇ ਆ, ਪਰ ਤਣਾਅ ਤਾਂ ਵਧੇਗਾ ਨਾ ਜੋ ਤੁਹਾਡੇ ਲੀਡਰ ਤੁਹਾਡੀ ਗੱਲ ਹੀ ਨਾ ਚੱਕਣਗੇ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਸਵਾਲ ਅਸੀਂ ਪੁੱਛ ਰਹੇ ਹਾਂ ਅਤੇ ਇਸ ਸਵਾਲ 'ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਰਚਾ ਹੋਵੇ, ਬਹਿਸ ਹੋਵੇ। ਮਾਲਵੇ ਸਿੰਘ ਮਾਲੀ ਸਾਹਿਬ, ਮਾਲੀ ਸਾਹਿਬ ਤੁਸੀਂ ਤਾਂ ਬੜੇ ਲੀਡਰਾਂ ਦੇ ਨੇੜੇ ਤੇੜੇ ਰਹੇ ਹੈਗੇ, ਮੇਰਾ ਸਵਾਲ ਇਹ ਹੈਗਾ ਕਿ ਕਿਹੜੇ VIP ਨੂੰ ਖਤਰਾ ਪੈਦਾ ਹੋ ਜਾਂਦਾ ਜੇ ਵਿਧਾਨ ਸਭਾ ਦੀ ਕਾਰਵਾਈ ਲਾਈਵ ਦਿਖਾ ਦਿੱਤੀ ਜਾਵੇ ਤਾਂ? ਦੇਖੋ ਜੀ, ਪਹਿਲੀ ਗੱਲ ਇਹ ਆ ਵੀ ਇਹ ਜਿਹੜਾ ਮਸਲਾ ਨਾ, ਇਹ ਸਾਡੇ ਕੰਮਕਾਰ ਦੇ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਜੁੜਿਆ ਹੋਇਆ ਮਸਲਾ। ਮਤਲਬ ਇਹ ਗੱਲ ਮੰਨੀ ਜਾਂਦੀ ਹੈ ਅਤੇ ਹਕੀਕਤ ਆ ਕਿ ਸਾਰੀਆਂ ਸਿਆਸੀ ਪਾਰਟੀਆਂ ਪਾਰਦਰਸ਼ਤਾ ਤੋਂ ਅਤੇ ਜਵਾਬਦੇਹੀ ਤੋਂ ਟਾਲਾ ਵੱਟਦੀਆਂ ਜਿੱਥੋਂ ਤੱਕ ਉਹ ਵੱਟ ਸਕਦੀਆਂ। ਇਸ ਗੱਲ 'ਤੇ ਕੋਈ ਰੌਲਾ ਨਹੀਂ ਕਿ ਇਹ ਕਾਰਵਾਈ ਲਾਈਵ ਹੋਣੀ ਚਾਹੀਦੀ ਆ, ਰਿਕਾਰਡਿੰਗ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਲਾਈਵ ਜਿੰਨਾ ਚਿਰ ਚੱਲਣੀ ਆ ਉਹ ਚਲੋ ਸਪੀਕਰ ਸਾਹਿਬ ਨੇ ਰਿਕਾਰਡਿੰਗ ਹੋ ਰਹੀ ਆ ਤਾਂ ਉਹ ਬਹੁਤ ਵਧੀਆ ਗੱਲ ਹੈ। ਸਵਾਲ ਇਹ ਹੈਗਾ ਕੈਮਰੇ ਕਿੱਥੇ ਲੱਗਦੇ ਆ, ਇਹ ਸਵਾਲ ਵੀ ਨਾਲ ਕਰ ਲਿਆ ਕਰੋ, ਕੈਮਰੇ ਕਿੱਥੇ ਲੱਗਦੇ ਆ? ਚਲੋ, ਮੇਰੇ ਕਹਿਣ ਦਾ ਮਤਲਬ ਇਹ ਲਾਈਵ ਹੋਣੀ ਚਾਹੀਦੀ ਆ, ਇਹਦਾ ਮਕਸਦ ਇਹੀ ਆ ਕਿ ਤੁਹਾਡੇ ਲੀਡਰਾਂ ਦਾ ਕਿਰਦਾਰ, ਵਿਹਾਰ, ਸਿਆਸੀ ਸਮਰੱਥਾ ਉੱਥੇ ਜ਼ਾਹਰ ਹੋਣੀ ਆ, ਨਾ ਸਿਰਫ ਸਿਆਸੀ ਮਸਲਿਆਂ ਬਾਰੇ, ਮੁੱਦਿਆਂ ਬਾਰੇ, ਸਗੋਂ ਪੰਜਾਬ ਦੇ ਜੋ ਉਹਦੇ ਆਪਦੇ ਇਲਾਕੇ ਨੇ ਉਹਨਾਂ ਦੇ ਮਸਲਿਆਂ ਬਾਰੇ ਕੌਣ ਕੀ ਆ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜੀ, ਜੇ ਸੈਸ਼ਨ ਇੱਕ ਦਿਨ ਦਾ, ਡੇਢ ਦਿਨ ਦਾ ਹੋਣਾ, ਉਹ 'ਚੋਂ ਤੁਸੀਂ ਕਰੋਗੇ ਕੀ? ਕੱਢੋਗੇ? ਜਿਹੜੇ MLA ਨੇ ਲੱਖਾਂ ਰੁਪਈਏ ਤਨਖਾਹਾਂ ਮਿਲਦੀਆਂ, ਲੱਖਾਂ ਰੁਪਏ ਭੱਤੇ ਮਿਲਦੇ ਆ, ਸਾਰੇ ਮਰਨ ਤੱਕ ਪੈਨਸ਼ਨਾਂ ਮਿਲਦੀਆਂ, ਦੂਜੀ ਵਾਰ ਚੁਣਿਆ ਜਾਵੇ ਹੋਰ ਪੈਨਸ਼ਨ, ਤੀਜੀ ਵਾਰ ਹੋਰ ਪੈਨਸ਼ਨ, ਚੌਥੀ ਵਾਰ ਹੋਰ ਪੈਨਸ਼ਨ, ਪਰ ਉਹਨਾਂ ਤੋਂ ਕੰਮ ਕੀ ਲਿਆ ਜਾਂਦਾ? ਉਹਨਾਂ ਦਾ ਕੰਮ ਮੁੱਖ ਤੌਰ 'ਤੇ ਵਿਧਾਨ ਸਭਾ 'ਚ, ਪਰ ਵਿਧਾਨ ਸਭਾ ਉਹਨਾਂ ਦੇ ਭੱਤੇ ਲੈਣ ਦਾ ਸੰਦ ਬਣ ਕੇ ਰਹਿ ਗਈ। ਮਸਲਿਆਂ ਨੂੰ ਵਿਚਾਰਨ ਦੀ ਗੱਲ, ਲੈਂਥ ਦੀ ਗੱਲ ਆ, ਉਹ ਖਤਮ ਹੋ ਗਈ। ਤੁਸੀਂ ਵੱਡੇ ਪ੍ਰੋਸਪੈਕਟਿਵ ਦੇ ਤਹਿਤ ਦੇਖਣਾ ਚਾਹੁੰਦੇ ਹੋ ਕਿ ਪੋਲੀਟੀਕਲ ਰਿਫੋਰਮਸ ਦੀ ਜ਼ਰੂਰਤ ਹੈਗੀ ਆ? ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਜ਼ਰੂਰੀ ਹੈ ਇਹ ਵੀ ਹੋਵੇ, ਪਰ ਇਹ ਅਸਰਦਾਰ ਤਾਂ ਹੋਊ ਜੇ ਵਿਧਾਨ ਸਭਾ ਦੀ ਫੰਕਸ਼ਨਿੰਗ ਦੇ ਵਿੱਚ ਵੱਡੇ ਸੁਧਾਰ ਕੀਤੇ ਜਾਣ, ਕਿਉਂਕਿ ਫਿਰ ਇਹ ਜਿਹੜਾ ਇਹ ਪੈਸਾ ਖਰਚ ਹੋਣਾ, ਫਿਰ ਜੇ ਤਾਂ 2 ਦਿਨ ਦੇ ਵਿੱਚ ਰੌਲੀ ਪਾਉਣਾ ਵੀ ਪ੍ਰਸ਼ਨ ਕਾਲ ਨਹੀਂ ਚੱਲਣ ਦੇਣਾ, ਵਾਕਆਊਟ ਕਰ ਲਿਆ, ਉਹ ਕਰ ਲਿਆ। ਮਾਲੀ ਸਾਹਿਬ ਇਹੀ ਚੀਜ਼ਾਂ ਵਾਸਤੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਨਾ, ਜੇ ਵਾਕਆਊਟ ਹੋ ਰਿਹਾ ਜਾਂ ਉੱਥੇ ਬਹਿਸ ਨੂੰ ਭਟਕਾਇਆ ਜਾ ਰਿਹਾ, ਪਾਸੇ ਮੁੱਦਿਆਂ ਤੋਂ ਪਾਸੇ ਕਿਤੇ ਚੁਟਕਲੇ ਸੁਣਾਏ ਜਾ ਰਹੇ ਹੈਗੇ ਆ, ਸ਼ੇਰੋ ਸ਼ਾਇਰੀ ਹੋ ਰਹੀ ਆ ਉੱਥੇ, ਤੇ ਉਹ ਚੀਜ਼ਾਂ ਦੇ ਵਿੱਚ ਪਾਰਦਰਸ਼ਤਾ ਆਵੇਗੀ, ਪਤਾ ਲੱਗੇਗਾ ਲੋਕਾਂ ਨੂੰ ਕੌਣ ਟਾਈਮ ਵੇਸਟ ਕਰ ਰਿਹਾ। ਪੱਖ ਵੀ ਠੀਕ ਆ, ਜਦੋਂ ਕੈਮਰੇ ਦੇ ਵਿੱਚ ਹੁੰਦੇ ਆ ਤਾਂ ਤੁਹਾਨੂੰ ਸੈਲਫ ਡਿਸਿਪਲਿਨ ਤੁਹਾਡੇ ਸਾਹਮਣੇ ਆਉਂਦਾ, ਰਿਕਾਰਡਿੰਗ ਹੋ ਜਾਂਦੀ ਆ, ਤੇ ਉਹਦੀਆਂ ਗਾਹਾਂ ਇੰਪਲੀਕੇਸ਼ਨ ਵੀ ਆਉਂਦੀਆਂ ਨੇ, ਤੁਸੀਂ ਹੁਣ ਆਪਣੇ ਸਾਹਮਣੇ ਵੇਖ ਲਓ। ਈਵਨ ਕਾਰਵਾਈ ਟੈਂਪਰ ਕਰਨ ਦੇ ਵੀ ਦੋਸ਼ ਲੱਗਦੇ ਰਹੇ ਨੇ ਕਿੰਨੀਆਂ ਵਿਧਾਨ ਸਭਾ ਦੇ ਵਿੱਚ, ਆ ਦਿੱਲੀ ਵਿਧਾਨ ਸਭਾ ਦਾ ਹੋਣੇ ਆ ਵੀ ਜਿਹੜਾ ਰਾਜੀਵ ਗਾਂਧੀ ਤੋਂ ਵਾਪਸ ਲੈਣ ਦਾ ਭਾਰਤ ਰਤਨ ਦੀ ਕਾਰਵਾਈ ਹੋਈ ਆ, ਉਹਦੇ ਬਾਰੇ ਕਿੱਡਾ ਝੋਲਾ ਚੱਲਿਆ ਜੀ ਕੋਈ ਕਹਿੰਦਾ। ਮੈਨੂੰ ਪਤਾ ਸੀ ਮਾਲੀ ਸਾਹਿਬ ਤੁਸੀਂ ਉੱਥੇ ਆਓਗੇ, ਮੈਨੂੰ ਪਤਾ ਸੀਗਾ। ਗੋਵਿੰਦਰ ਮਿੱਤਲ ਸਾਹਿਬ, ਇਹਨਾਂ ਨੇ ਸਵਾਲ ਦਿੱਲੀ ਤੱਕ ਲੈ ਗਏ ਹੈਗੇ, ਤੇ ਤੁਸੀਂ ਦਿੱਲੀ ਦਾ ਸਵਾਲ ਵਾਰ-ਵਾਰ ਪੰਜਾਬ 'ਚ ਲੈ ਕੇ ਆਉਂਦੇ ਹੋ, ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰਨਾ ਤੁਸੀਂ ਵਾਰ-ਵਾਰ ਦਾਅਵੇ ਕਰਦੇ ਹੋ, ਦਿੱਲੀ ਵਿਧਾਨ ਸਭਾ ਦੀ ਕਾਰਵਾਈ ਲਾਈਵ ਹੁੰਦੀ ਹੈ? ਬਿਲਕੁਲ ਹੁੰਦੀ ਹੈ। ਫੇਸਬੁੱਕ ਪੇਜ 'ਤੇ
ਨਹੀਂ ਨਹੀਂ ਬਿਲਕੁਲ ਲਾਈਵ ਹੁੰਦੀ ਹੈ ਚੈਨਲ ਦੇ ਜ਼ਰੀਏ ਜਾਂ ਲਾਈਵ ਹੁੰਦੀ ਹੈ ਕਿਹੜੇ ਚੈਨਲ ਤੇ ਲਾਈਵ ਹੁੰਦੀ ਦੇਖੋ ਦਿੱਲੀ ਦੇ ਜਿਹੜੇ ਲੋਕਲ ਉੱਥੇ ਚੈਨਲ ਲੰਗੇ ਲੋਕਲ ਜਿਹੜੇ ਦਿੱਲੀ ਦੇ ਚੈਨਲ ਨੇ ਉਹਨਾਂ ਸਾਰਿਆਂ ਦੇ ਕਿਹੜੇ ਚੈਨਲ ਤੇ ਲਾਈਵ ਹੁੰਦੀ ਹੈ ਦਿੱਲੀ ਆਜ ਤੱਕ ਮਿੱਤਲ ਸਾਹਿਬ ਦਿੱਲੀ ਆਜ ਤੱਕ ਚੈਨਲ ਹੈਗਾ ਹੋਰ ਉੱਥੇ ਚੈਨਲ ਉੱਥੇ ਲਾਈਵ ਹੁੰਦੀ ਹੈ ਉੱਥੇ ਲਾਈਵ ਸਾਰੀ ਕਾਰਵਾਈ ਪ੍ਰਸਿੱਧ ਪੂਰੀ ਕਾਰਵਾਈ ਲਾਈਵ ਹੁੰਦੀ ਹੈ ਦਿੱਲੀ ਵਿਧਾਨ ਸਭਾ ਦੀ ਸੱਤ ਪੂਰੀ ਕਾਰਵਾਈ ਲਾਈਵ ਹੁੰਦੀ ਗੁੰਦਰ ਮਿੱਤਲ ਸਾਹਿਬ ਗੁੰਦਰ ਮਿੱਤਲ ਸਾਹਿਬ ਤੁਸੀਂ ਇੱਥੇ ਗੁੰਮਰਾਹ ਕਰ ਰਹੇ ਹੋ ਸੱਤ ਵਿਧਾਨ ਸਭਾ ਗੁੰਦਰ ਮਿੱਤਲ ਸਾਹਿਬ ਤੁਸੀਂ ਇੱਥੇ ਵੀ ਕਾਰਵਾਈ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਕੋਈ ਗੁੰਮਰਾਹ ਨਹੀਂ ਕਰ ਰਹੇ ਸੱਤ ਵਿਧਾਨ ਸਭਾ ਹਿੰਦੁਸਤਾਨ ਦੇ ਵਿੱਚ ਲਾਈਵ ਕਿਹੜੇ ਟੀਵੀ ਤੇ ਲਾਈਵ ਹੁੰਦੀ ਹੈ ਦੇਖੋ ਦਿੱਲੀ ਦੇ ਜਿਹੜੇ ਲੋਕਲ ਚੈਨਲ ਨੇ ਮੈਂ ਕਹਿ ਰਿਹਾ ਉਹਨਾਂ ਤੇ ਲਾਈਵ ਹੁੰਦੀ ਹੈ ਲੋਕਲ ਚੈਨਲ ਦਿੱਲੀ ਆਜ ਤੱਕ ਲੋਕਲ ਚੈਨਲ ਹੈ ਦਿੱਲੀ ਲੋਕ ਦਿੱਲੀ ਆਜ ਤੱਕ ਦਿੱਲੀ ਰੀਜਨਲ ਚੈਨਲ ਆ ਉੱਥੋਂ ਦਾ ਉੱਥੇ ਲਾਈਵ ਹੁੰਦੀ ਹੈ ਬਿਲਕੁਲ ਲਾਈਵ ਹੁੰਦੀ ਹੈ ਸਾਰੇ ਚੈਨਲਾਂ ਦੇ ਉੱਤੇ ਲਾਈਵ ਹੁੰਦੀ ਆ ਸੱਤ ਵਿਧਾਨ ਸਭਾਵਾਂ ਹਿੰਦੁਸਤਾਨ ਦੀਆਂ ਲਾਈਵ ਹੁੰਦੀਆਂ ਨੇਗੀਆਂ ਜਿਹੜੀ ਇਹਨਾਂ ਨੇ ਰਾਜੀਵ ਗਾਂਧੀ ਵਾਲੀ ਭਾਰਤ ਰਤਨ ਵਾਲੀ ਗੱਲ ਕੀਤੀ ਆ ਉਹ ਵੀ ਲੋਕਾਂ ਨੇ ਦੇਖਿਆ ਜੋ ਕੁਝ ਪੂਰੀ ਕਾਰਵਾਈ ਲਾਈਵ ਹੁੰਦੀ ਆ ਦੇਖੋ ਮੈਂ ਦੁਬਾਰਾ ਫਿਰ ਪੁੱਛ ਰਿਹਾ ਦੇਖੋ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਲਾਈਵ ਹੁੰਦਾ ਚਾਹੇ ਪੂਰੀ ਕਾਰਵਾਈ ਉੱਥੋਂ ਦੀ ਲਾਈਵ ਹੁੰਦੀ ਆ ਪੂਰੀ ਕਾਰਵਾਈ ਤੁਹਾਡਾ ਵੀ ਕੀ ਭਾਵ ਆ ਪੂਰਾ ਦਿਨ ਜਿਹੜਾ ਪੂਰਾ ਸੈਸ਼ਨ ਚੱਲਦਾ ਪੂਰਾ ਸੈਸ਼ਨ ਲਾਈਵ ਪੂਰਾ ਸੈਸ਼ਨ ਲਾਈਵ ਹੁੰਦਾ ਸਵੈ ਸਾਹਿਬ ਫਿਰ ਤਾਂ ਦਿੱਲੀ ਮਾਡਲ ਇਹਨਾਂ ਦਾ ਦਰੁਸਤ ਹੈਗਾ ਜੇ ਸੱਚ ਬੋਲਦੇ ਪਏ ਕੇਪੀ ਜੀ ਇਹਦੇ ਵਿੱਚ ਇੱਕ ਪੁਆਇੰਟ ਮੈਂ ਦੱਸਣਾ ਚਾਹੁੰਦਾ ਦੱਸ ਦੋ ਵੀ ਜਦੋਂ ਤੱਕ ਤੁਸੀਂ ਇਹਨੂੰ ਜਿਹੜਾ ਡੀਡੀ ਚੈਨਲ ਆ ਜਾਂ ਇੱਕ ਵਿਸ਼ੇਸ਼ ਚੈਨਲ ਆ ਉਹਦੇ ਉੱਤੇ ਨਹੀਂ ਕਰਦੇ ਉਹਦੇ ਵਿੱਚ ਵੀ ਗਾਹਕ ਬਹੁਤ ਪੰਗੇ ਨੇ ਇੱਕ ਪ੍ਰਾਈਵੇਟ ਚੈਨਲ ਆ ਜੀ ਕਿੰਨੇ ਕੁ ਉਹਦੇ ਗਾਹਕ ਹੋਣਗੇ ਨਹੀਂ ਹੋਣਗੇ ਇੱਕ ਪਬਲਿਕ ਜਿਵੇਂ ਰਾਜ ਸਭਾ ਅਤੇ ਲੋਕ ਸਭਾ ਦਾ ਕੀਤਾ ਗਿਆ ਜਾਂ ਜਿਵੇਂ ਸਾਡੇ ਦੂਰਦਰਸ਼ਨ ਜਲੰਧਰ ਆ ਕੋਈ ਉਹੋ ਜਿਹਾ ਇੰਤਜ਼ਾਮ ਕਰਨਾ ਪਊ ਨਹੀਂ ਤਾਂ ਟੀਵੀ ਚੈਨਲਾਂ ਦੇ ਵੀ ਹੋਜੂ ਵੀ ਜਦੋਂ ਅਕਾਲੀ ਸਰਕਾਰ ਆ ਗਈ ਉਦੋਂ ਪੀਟੀਸੀ ਰਿਲੀਜ਼ ਕਰ ਰਿਹਾ ਜਦੋਂ ਕੋਈ ਹੋਰ ਆ ਗਿਆ ਉਦੋਂ ਹੋਰ ਚੈਨਲ ਕਰ ਰਿਹਾ ਜਦੋਂ ਕੋਈ ਦਿੱਲੀ ਵਾਲਿਆਂ ਦੀ ਸਰਕਾਰ ਆ ਗਈ ਤਾਂ ਕੋਈ ਹੋਰ ਚੈਨਲ ਆਜੂ ਇਹਨੂੰ ਰਿਲੀਵ ਕਰਨ ਰਿਲੀਜ਼ ਕਰਨ ਦੇ ਵਿੱਚ ਤੁਸੀਂ ਮੀਡੀਆ ਨੂੰ ਵੀ ਵੰਡ ਕੇ ਦੇਖ ਰਹੇ ਹੋ ਹੋ ਰਿਹਾ ਪ੍ਰੈਕਟੀਕਲੀ ਪ੍ਰੈਕਟੀਕਲੀ ਹੋ ਰਿਹਾ ਪ੍ਰੈਕਟੀਕਲੀ ਗੁਰਿੰਦਰ ਮਿੱਤਲ ਚਲੋ ਜਦੋਂ ਆਪਾਂ ਬ੍ਰੇਕ ਲਾਵਾਂਗੇ ਬ੍ਰੇਕ ਚੱਕੋ ਫਿਰ ਕਨਫਰਮ ਕਰ ਲਿਓ ਮੈਨੂੰ ਤੁਹਾਡੇ ਦਾਅਵੇ 'ਤੇ ਸ਼ੱਕ ਹੈ ਸਰਜੀਤ ਸਿੰਘ ਹਾਂਜੀ ਇਹ ਕਹਿੰਦੇ ਫਿਰ ਲਾਈਵ ਕਰਦੇ ਪਏ ਅਸੀਂ ਉੱਥੇ ਨਹੀਂ ਦੇਖੋ ਦਿੱਲੀ ਕਰਦੇ ਆ ਨਹੀਂ ਕਰਦੇ ਮੈਂ ਇਸ ਜਿਹੜੇ ਝਗੜੇ 'ਚ ਪੈਣਾ ਨਹੀਂ ਚਾਹੁੰਦਾ ਮੇਰਾ ਤਾਂ ਮੰਨਣਾ ਇਹ ਹੈਗਾ ਜੀ ਕਿ ਇਹ ਜਿਹੜਾ ਸੈਸ਼ਨ ਹੈਗਾ ਅਸੈਂਬਲੀ ਦਾ ਜਿਹੜਾ ਜਦੋਂ ਵੀ ਹੁੰਦਾ ਹੈ ਕਾਰਵਾਈ ਅਸੈਂਬਲੀ 'ਚ ਹੁੰਦੀ ਹੈ ਵਿਧਾਨ ਸਭਾ 'ਚ ਹੁੰਦੀ ਹੈਗੀ ਹੈ ਇਹ ਬਿਲਕੁਲ ਲਾਈਵ ਟੈਲੀਕਾਸਟ ਹੋਣੀ ਚਾਹੀਦੀ ਹੈ ਹਾਂ ਸਪੀਕਰ ਸਾਹਿਬ ਨੂੰ ਜਿਵੇਂ ਬਾਕੀ ਪ੍ਰੋਸੀਡਿੰਗ ਹੁੰਦੀਆਂ ਨੇ ਕਈ ਵਾਰ ਕਈ ਮੈਂਬਰ ਸਾਹਿਬਾਨ ਕਿ ਖੁੱਲ੍ਹ ਪੂਰੀ ਹੁੰਦੀ ਹੈ ਬੋਲਣ ਦੀ ਕੋਈ ਗਲਤ ਗੱਲ ਕਹਿ ਜਾਂਦੇ ਇਤਰਾਜੋ ਗੱਲਾਂ ਕਹਿੰਦੇ ਨੇ ਉਹ ਪ੍ਰੋਸੀਡਿੰਗ ਤੋਂ ਰਿਕਾਰਡ ਤੋਂ ਐਕਸਪੰਜ ਵੀ ਕਰ ਦਿੰਦੇ ਨੇ ਹਾਂ ਉਸ ਨੂੰ ਹੱਲ ਕਰਨ ਵਾਸਤੇ ਜਿਹੜਾ ਥੋੜ੍ਹਾ ਜਿਹਾ ਟਾਈਮ ਲੈਗ ਟੈਲੀਕਾਸਟ ਦੇ ਵਿੱਚ 2-4-5 ਮਿੰਟ ਦਾ ਹੋ ਸਕਦਾ ਹੈ ਜੇ ਕਿਸੇ ਵਿੱਚੋਂ ਕੋਈ ਪ੍ਰੋਸੀਡਿੰਗ ਐਕਸਪੰਜ ਕਰਨੀ ਉਹ ਵੀ ਹੋ ਸਕਦੀ ਹੈ ਇਹ ਹੱਲ ਹੋ ਇਹਦਾ ਵੀ ਹੋ ਸਕਦਾ ਹੈ ਬਾਕੀ ਜਿਹੜਾ ਚੈਨਲਾਂ ਦਾ ਹੱਲ ਹੈਗਾ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਚੈਨਲਾਂ ਨੂੰ ਵੀ ਉਸ ਕੇ ਤੁਸੀਂ ਆਪਣਾ ਕੋਈ ਸਪੈਸ਼ਲ ਚੈਨਲ ਕੋਈ ਲਾਂਚ ਕਰਨਾ ਹੈ ਜਾਂ ਕੋਈ ਚੈਨਲ ਸਿਲੈਕਟ ਕਰਨੇ ਆ ਜਾਂ ਡੀਡੀ ਕਰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਸਿਲੈਕਟ ਨਹੀਂ ਕਰਦੇ ਪਹਿਲਾਂ ਡਿਸੀਜਨ ਜਿਹੜਾ ਹੈਗਾ ਤੁਸੀਂ ਸਿਲੈਕਟ ਕਰਦੇ ਹੋ ਚੈਨਲ ਪ੍ਰਾਈਵੇਟ ਚੈਨਲ ਕਿਹਨੂੰ ਦੇਣਾ ਕਿਹਨੂੰ ਲਾਈਵ ਨਹੀਂ ਮੈਂ ਇਸ ਮਸਲੇ 'ਚ ਵੀ ਜਾਣਨਾ ਚਾਹੁੰਦਾ ਆਪਾਂ ਜਾਣਦੇ ਕੋਈ ਨਹੀਂ ਉਸ ਮਸਲੇ ਤੋਂ ਆਪਾਂ ਡਿਬੇਟ ਕਰ ਰਹੇ ਹਾਂ ਕਿ ਲਾਈਵ ਟੈਲੀਕਾਸਟ ਹੋਣੀ ਚਾਹੀਦੀ ਹੈ ਜਦੋਂ ਟੈਲੀਕਾਸਟ ਆਪਾਂ ਸ਼ੁਰੂ ਹੋ ਜਾਏਗੀ ਫਿਰ ਆਪਾਂ ਇਸ ਗੱਲ ਵੀ ਕਰਾਂਗੇ ਨਾ ਜੇ ਅਸੀਂ ਗਲਤ ਕਰਾਂਗੇ ਕੋਈ ਇੱਕ ਚੈਨਲ ਨੂੰ ਜਾਂ ਪਾਰਟੀ ਨੂੰ ਸਪਾ ਤਰਜੀਹ ਦੇਵਾਂਗੇ ਪਰ ਸਾਹਿਬ ਇੱਕ ਮੰਗ ਉੱਠਦੀ ਆ ਵੀ ਇੱਕ ਇਹੋ ਜਿਹਾ ਕੋਈ ਪ੍ਰੋਜੈਕਟ ਉੱਥੇ ਲਾ ਦਿੱਤਾ ਜਾਵੇ ਉਹਦੀ ਜਿਹੜੇ ਆਊਟਪੁੱਟ ਆ ਬਾਹਰ ਜਾਵੇ ਤੇ ਸਾਰੇ ਚੈਨਲ ਉਸ ਤੋਂ ਫੀਡ ਲੈ ਸਕਣ ਮੈਂ ਇਹੀ ਗੱਲ ਤੇ ਆ ਰਿਹਾ ਸੀ ਜੀ ਜਿਹੜੀ ਮਿੱਤਲ ਸਾਹਿਬ ਨੇ ਗੱਲ ਕਹੀ ਆ ਨਾ ਆਈ ਐਮ ਨੋਟ ਸ਼ੋਰ ਕਿ ਠੀਕ ਹੈ ਜਾਂ ਨਹੀਂ ਠੀਕ ਹੈ ਪਰ ਹੋ ਸਕਦਾ ਹੈ ਇਟ ਇਜ਼ ਅ ਪੋਸੀਬਿਲਟੀ ਕਿ ਤੁਸੀਂ ਠੀਕ ਕਿਹਾ ਕਿ ਬ੍ਰੇਕ ਦੇ ਦੌਰਾਨ ਇਹ ਜਿਹੜਾ ਕਲੈਰੀਫਾਈ ਕਰ ਲੈਣ ਕਿਉਂਕਿ ਤੁਸੀਂ ਜਿਹੜੀ ਕਾਰਵਾਈ ਜਿਹੜੀ ਕਹਿ ਸਕਦੇ ਹੋ ਵੀ ਇਹ ਕਾਰਵਾਈ ਤੁਸੀਂ ਲਾਈਵ ਦਿਖਾ ਦਿਓ ਸਾਰੇ ਚੈਨਲ ਨੂੰ ਦਿਖਾ ਦਿਓ ਜਾਂ ਇੱਕ ਤੁਸੀਂ ਆਪਦੇ ਕੈਮਰੇ ਲਾ ਦਿਓ ਤੇ ਸਭ ਨੂੰ ਉਹਦੀ ਜਿਹੜੀ ਫੀਡਬੈਕ ਹੈ ਇੱਕ ਰਿਸੀਵਰ ਹੋਵੇ ਉਹ ਦਿਓ ਸਾਰਿਆਂ ਪਰ ਇਹ ਉਸ ਟੀਵੀ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਸਾਰੀ ਦਿਖਾਉਣੀ ਕਿ ਨਹੀਂ ਦਿਖਾਉਣੀ ਇਸ ਕਰਕੇ ਪੋਸੀਬਲ ਨਹੀਂ ਹੈ ਜੇ ਤੁਸੀਂ ਲੋਕ ਸਭਾ ਤੇ ਰਾਜ ਸਭਾ 'ਚ ਵੀ ਦੇਖਦੇ ਹੋ ਸਿਰਫ ਇਹ ਦੋ ਚੈਨਲ ਹੈ ਜਿਹੜੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਪੂਰੀ ਕਾਰਵਾਈ ਦਿਖਾਉਂਦੇ ਆ ਬਾਕੀ ਚੈਨਲ ਪ੍ਰਾਈਵੇਟ ਜਾਂ ਦੂਸਰੇ ਡੀਡੀ ਵਗੈਰਾ ਜਿਹੜੇ ਆ ਉਹ ਕੋਈ ਨਹੀਂ ਦਿਖਾਉਂਦਾ ਸਿਲੈਕਟਿਵ ਸਵਾਏ ਇਹਨਾਂ ਤੋਂ ਉੱਥੇ ਜਿੱਥੇ ਲੋੜ ਲੱਗਦੀ ਹੈ ਨਾ ਕਿ ਇੰਪੋਰਟੈਂਸ ਆ ਇਹ ਬਹੁਤੀ ਬੜੀ ਇਹਦੀ ਅਹਿਮੀਅਤ ਆ ਉਹ ਚੀਜ਼ ਓਨੀ ਹੀ ਦਿਖਾਉਂਦੇ ਆ ਇਸ ਕਰਕੇ ਪੰਜਾਬ ਦੇ ਵਿੱਚ ਵੀ ਪਹਿਲੀ ਤਾਂ ਗੱਲ ਮੈਨੂੰ ਇਹ ਸਮਝ ਨਹੀਂ ਆਈ ਕਿ ਆਮ ਅਮਨ ਅਰੋੜਾ ਨੂੰ ਸਿੱਧਾ ਹੀ ਹਾਈਕੋਰਟ ਵੱਲ ਜਿਹੜੀ ਆ ਉਹ ਜਾਣ ਦੀ ਕੀ ਜ਼ਰੂਰਤ ਨਹੀਂ ਸਿੱਧਾ ਨਹੀਂ ਮੇਰੀ ਗੱਲ ਸੁਣ ਲਓ ਮੈਂ ਕਰ
ਜਦੋਂ ਜਿਹੜੇ ਆ ਵਿਧਾਨ ਸਭਾ ਦਾ ਜਿਹੜਾ ਪ੍ਰੋਸੀਡਿੰਗ ਦਾ ਪ੍ਰੋਸੀਜਰ ਹੈ ਉਹਦੇ ਵਿੱਚ ਬਹੁਤ ਸਾਰੇ ਤਰੀਕੇ ਹੈ ਕਿ ਤੁਸੀਂ ਉੱਥੇ ਇਸ ਗੱਲ ਦੇ ਉੱਤੇ ਡਿਬੇਟ ਕਰਾ ਸਕਦੇ, ਜਿਵੇਂ ਕਾਲ ਅਟੈਂਸ਼ਨ ਮੋਸ਼ਨ ਹੈ, ਧਿਆਨ ਦਵਾਓ ਮਤਾ ਹੈ, ਜਾਂ ਦੂਸਰੇ ਜਿਹੜੇ ਹੋਰ ਹੈ ਜਿਹਦੇ ਵਿੱਚ ਤੁਸੀਂ ਇਹ ਇਸ਼ੂ ਜਿਹੜਾ ਸਪੀਕਰ ਸਾਹਮਣੇ ਰੱਖੋ ਕਿ ਇਹ ਜ਼ਰੂਰੀ ਇਸ਼ੂ ਹੈ, ਪਬਲਿਕ ਇੰਪੋਰਟੈਂਸ ਦਾ ਇਸ਼ੂ ਹੈ, ਲੈਟ ਅਸ ਡਿਸਕਸ ਇਟ, ਔਰ ਇਹਦੇ ਉੱਤੇ ਜਿਹੜਾ ਆਪਾਂ ਵਿਚਾਰ ਕਰੀਏ ਕਿ ਲਾਈਵ ਕਿਉਂ ਨਾ ਹੋਵੇ। ਮੈਨੂੰ ਪਤਾ ਨਹੀਂ ਇਹ ਕਿਹੜੀ ਗੱਲ ਹੈ, ਆਮ ਆਦਮੀ ਪਾਰਟੀ ਦੀ ਜਾਂ ਕੁਛ ਨੀ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਫੈਸਲਾ ਸੀ ਜਾਂ ਇਕੱਲੇ ਅਮਨ ਅਰੋੜਾ ਦਾ, ਆਈ ਕਾਂਟ ਸੇ ਇਟ, ਪਰ ਈਵਨ ਸਾਡੇ ਅਕਾਲੀ ਦਲ ਵਾਲੇ ਵੀਰ ਜਿਹੜੇ ਆ ਜਿਹੜੇ ਕਹਿੰਦੇ ਕਿ ਅਸੀਂ ਇਹਦੇ ਨਾਲ ਸਹਿਮਤ ਹਾਂ, ਇਹ ਵੀ ਲਿਆ ਸਕਦੇ ਆ ਮਤਾ, ਇਹ ਵੀ ਅਸੈਂਬਲੀ ਦੇ ਵਿੱਚ ਮਤਾ ਲਿਆ ਸਕਦੇ ਆ ਕਿ ਕਾਲ ਅਟੈਂਸ਼ਨ ਮੋਸ਼ਨ ਕਿਆ ਉਹ ਡਿਸਕਸ ਕਰੀਏ ਸਪੀਕਰ ਸਾਹਿਬ, ਇਹ ਜ਼ਰੂਰੀ ਹੈ, ਕਿਉਂ ਨਹੀਂ ਕਰਾ, ਬਿਲਕੁਲ ਲਿਆ ਸਕਦੇ, ਕਿਉਂ ਨਹੀਂ ਕਰਾ ਰਹੇ, ਲੈ ਕੇ ਆਉਂਗੇ, ਦੇਖੋ ਦੇਖੋ ਲੈ ਕੇ ਆਉਂਗੇ, ਬਿਲਕੁਲ ਲਿਆਉਣ ਦੀ ਗੱਲ ਕਰਾਂਗੇ, ਲਿਆਵਾਂਗੇ, ਬਿਲਕੁਲ ਲਿਆਵਾਂਗੇ, ਅਸੀਂ ਇਸ ਗੱਲ ਦੇ ਨਾਲ ਸਹਿਮਤ ਹੈਗੇ ਆ, ਔਰ ਮੈਂ ਇੱਥੇ ਕਹਿ ਰਿਹਾ ਬੜੀ ਜ਼ਿੰਮੇਵਾਰੀ ਨਾਲ ਵੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈਗੀ ਆ ਇੱਕ ਪਾਸੇ ਤੋਂ ਲੈ ਕੇ ਲਾਸਟ ਤੱਕ ਲਾਈਵ ਹੋਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਨਾ, ਜਿਹੜੀ ਮੈਂ ਪਹਿਲਾਂ ਗੱਲ ਕਰੀ ਸੀ ਨਾ ਟਰਾਂਸਪੇਰੈਂਸੀ ਦੀ, ਟਰਾਂਸਪੇਰੈਂਸੀ ਵਾਲੀ ਗੱਲ ਇਹ ਹੈਗੀ ਹੈ, ਇਹ ਬਿਲਕੁਲ ਗਲਤ ਕਹਿ ਰਹੇ ਹਾਂ, ਦਿੱਲੀ ਦਾ ਕੋਈ ਇਸ ਤਰ੍ਹਾਂ ਦਾ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਲਾਈਵ ਨਹੀਂ ਚੱਲਦਾ। ਹਾਂ ਕਿਤੇ ਉਹਦੀਆਂ ਮਾੜੀਆਂ ਮੋਟੀਆਂ, ਜਿਵੇਂ ਹੁਣ ਪਿੱਛੇ ਕਾਂਗਰਸ ਨੇ ਕੀਤਾ ਸੀ ਜਦੋਂ ਇਹਨਾਂ ਨੇ ਅਕਾਲੀ ਦਲ ਦੀ ਮਿੱਟੀ ਕੁੱਟਣ ਵਾਸਤੇ ਕਰਿਆ ਸੀ, ਸਾਰਾ ਕੁਛ ਲਾਈਵ ਚਲਾਤਾ ਸੀ ਸ਼ੁਰੂ ਤੋਂ ਲੈ ਕੇ ਅਖੀਰ ਦੇ ਤੱਕ, ਔਰ ਹੁਣ ਜਦੋਂ ਹੈਗੀ ਨਾ ਭੱਜਦੇ, ਖੜ ਕੇ ਉੱਥੇ ਰੋਕਦੇ, ਗੱਲ ਕਰਦੇ, ਕੋਈ ਗੱਲ ਨਹੀਂ, ਤੁਸੀਂ ਛੱਡ ਕੇ ਮੈਦਾਨ ਭੱਜ ਕੇ ਬਾਹਰ, ਤੁਸੀਂ ਬਰਾਬਰ ਹੀ ਹੋ, ਇੱਕ ਦੂਜੇ ਦੀ ਮਿੱਟੀ ਪੁੱਟਣ ਵਾਸਤੇ ਲਾਈਵ ਕਰਦੇ। ਹਾਂ ਅਸੀਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬਹਿਸ ਲਾਈਵ ਕਿਉਂ ਨਹੀਂ, ਅਸੀਂ ਇਹ ਸਵਾਲ ਕਰ ਰਹੇ ਹਾਂ, ਸਵਾਲ ਦੇ ਨਾਲ ਪਤਾ ਨਹੀਂ ਕਿਉਂ ਅੱਜ ਬਹਿਸ ਦੇ ਵਿੱਚ ਮੈਨੂੰ ਇਉਂ ਲੱਗਦਾ ਪਿਆ ਹੈਗਾ ਕਿ ਇਸ ਬਹਿਸ ਦੇ ਵਿੱਚ ਸੰਜੀਦਗੀ ਜਿਹੜੀ ਹੈਗੀ ਆ ਉਹ ਦਿਖਦੀ ਨਹੀਂ ਪਈ ਹੈਗੀ, ਕਿਉਂਕਿ ਸੰਜੀਦਗੀ ਇਸ ਕਰਕੇ ਨਹੀਂ ਦਿਖਦੀ ਪਈ, ਸ਼ਾਇਦ ਇਹਨਾਂ ਨੂੰ ਇਹ ਮੁੱਦਾ ਇੰਨਾ ਜ਼ਰੂਰੀ ਲੱਗਦਾ ਨਹੀਂ ਪਿਆ ਹੈਗਾ। ਜਦੋਂ ਮੁੱਦਾ ਜ਼ਰੂਰੀ ਨਾ ਲੱਗੇ ਤਾਂ ਫਿਰ ਬਹਿਸ ਤਾਂ ਬਣਦੀ ਆ, ਬ੍ਰੇਕ ਤੋਂ ਬਾਅਦ ਆ ਕੇ ਪੁੱਛੂੰਗਾ ਜ਼ਰੂਰ। ਸਵਾਲ ਇੱਕੋ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਹੋਣ 'ਤੇ ਕਿਹੜੇ VIP ਨੂੰ ਖਤਰਾ? ਮਾਲੀ ਸਾਹਿਬ, ਮੈਂ ਸਵਾਲ ਜਿਹੜਾ ਇਸ ਬਹਿਸ ਦੇ ਵਿੱਚ ਪਹਿਲਾਂ ਹੀ ਪੁੱਛਿਆ ਸੀਗਾ ਕਿ ਕਾਰਜ ਪ੍ਰਣਾਲੀ ਆ ਜਿਹੜੀ ਉਹ ਲਾਈਵ ਹੋਣ ਨਾਲ ਸੁਧਰ ਸਕਦੀ ਹੈ, ਕਿ ਉਹਨਾਂ ਮੁੱਦਿਆਂ ਦਾ ਸਹੀ ਤਰੀਕੇ ਨਾਲ ਜਵਾਬ ਦਿੱਤਾ ਜਾ ਸਕਦਾ, ਜਿਹਦੇ ਵਿੱਚ ਸਰਕਾਰਾਂ ਗੋਲਮੋਲ ਵੀ ਕਈ ਵਾਰੀ ਗੱਲਾਂ ਕਰਦੀਆਂ ਹੈਗੀਆਂ, ਕਿ ਉਹਨਾਂ 'ਤੇ ਕਲੈਰਿਟੀ ਆ ਜਿਹੜੀ ਚੀਜ਼ਾਂ ਹੋਰ ਸਕਦੀ ਹੈ ਕਿ ਨਹੀਂ ਹੋ ਸਕਦੀ? ਦੇਖੋ ਲਾਈਵ ਹੋਣ ਦੇ ਫਾਇਦੇ ਫਾਇਦੇ ਆ, ਨੁਕਸਾਨ ਇਹਦਾ ਕੋਈ ਨਹੀਂ, ਪਹਿਲੀ ਗੱਲ, ਮਤਲਬ ਉਹਦੀ ਕਾਰਜ ਪ੍ਰਣਾਲੀ ਸੁਧਾਰਨ ਖਾਤਰ, ਬੰਦੇ ਜਿਹੜੇ ਬੋਲਦੇ ਆ ਉਹਨਾਂ 'ਤੇ ਸਵੈ ਜਾਗਤਾ ਲਾਉਣ ਖਾਤਰ, ਮਸਲਿਆਂ ਨੂੰ ਫੋਕਸ ਕਰਨ ਖਾਤਰ, ਇਹਦਾ ਨੁਕਸਾਨ ਕੋਈ ਨਹੀਂ। ਜੇ ਆਪਾਂ ਕਹੀਏ ਜਿੰਨਾ ਵੀ ਕਰਦੇ ਆ ਉਹ, ਜਿਵੇਂ ਅੱਜ ਦੇ ਯੁੱਗ ਦੇ ਵਿੱਚ ਆ ਰਿਹਾ ਸਾਰਾ ਕੁਛ, ਲੋਕਾਂ ਦੇ ਸਾਹਮਣੇ ਆਊ, ਲੋਕਾਂ ਨੂੰ ਜਵਾਬਦੇਹੀ ਹੋਊ, ਆਪਦੇ ਆਪ 'ਤੇ ਦੇਖੋ ਸਾਰੀਆਂ ਪਾਰਟੀਆਂ ਸਹਿਮਤ ਨੇ, ਕੋਈ ਇਹਨਾਂ ਦਾ ਵਿਰੋਧ ਨਹੀਂ ਕਰਦਾ, ਪਰ ਇਹਦੇ ਨਾਲ ਕਈ ਗਾਹਾਂ ਸਵਾਲ ਖੜੇ ਹੁੰਦੇ ਨੇ ਨਾ ਜੀ, ਖੜੇ ਸਵਾਲ ਇਹ ਹੁੰਦੇ ਨੇ ਵੀ ਇਹ ਪਾਰਦਰਸ਼ਤਾ ਜਵਾਬਦੇਹੀ ਉਹਨਾਂ ਦੀ ਆਪਣੀਆਂ ਪਾਰਟੀਆਂ 'ਚ ਕਿੰਨੀ ਕਾ, ਉਹ ਕਿਵੇਂ ਫੈਸਲੇ ਲੈਂਦੇ ਨੇ, ਉਹਨਾਂ ਦੀ ਆਪਣੀ ਕਾਰਜ ਪ੍ਰਣਾਲੀ ਕੀ ਆ, ਉਹ ਕਿਉਂ ਨਹੀਂ RTA ਐਕਟ ਦੇ ਵਿੱਚ ਆਉਂਦੀਆਂ, ਉਹ ਕਿਉਂ ਨਹੀਂ ਆਪਦੇ ਫੰਡਾਂ ਨੂੰ ਪਾਰਦਰਸ਼ਤਾ ਦੇ ਵਿੱਚ ਲੈ ਕੇ ਆਉਂਦੀਆਂ। ਜਦੋਂ ਇਹ 'ਤੇ ਜਿਹੜੀਆਂ ਪਾਰਟੀਆਂ ਖੜਦੀਆਂ ਨੇ ਉਹਨਾਂ ਨੂੰ ਇਹ ਆਪਣੀ ਕਾਰਜ ਪ੍ਰਣਾਲੀ ਰਾਹੀਂ ਵੀ ਇਹ ਸਾਬਤ ਕਰਨਾ ਪਊ ਕਿ ਇਹ ਪਾਰਦਰਸ਼ਤਾ ਜਿਹੜੀ ਅਸੀਂ ਵਿਧਾਨ ਸਭਾ ਚਾਹੁੰਦੇ ਹਾਂ, ਇਹ ਜਿਹੜੇ ਸਾਡੇ ਫੀਲਡ ਨੇ ਉਹਨਾਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ, ਅਤੇ ਅਸੀਂ ਕਰਨ ਲਈ ਤਿਆਰ ਹਾਂ। ਜਾਣੀ ਇਹ ਕਈ ਸਵਾਲਾਂ ਦਾ ਭੰਡਾਰਾ ਖੁੱਲ੍ਹਦਾ। ਇਹਦੇ ਵਿੱਚ ਇਹ ਸਵਾਲ ਉੱਠਦਾ ਵੀ ਜੇ ਤੁਸੀਂ ਇਹ ਕਰ ਰਹੇ ਹੋ ਤਾਂ ਵਿਧਾਨ ਸਭਾ ਦੀ ਫੰਕਸ਼ਨਿੰਗ ਆ ਜਿਹੜੀ ਉਹਨੂੰ ਕਿਵੇਂ ਸੁਧਾਰਿਆ ਜਾਵੇ? ਹੁਣ MLA ਨੇ ਜੀ ਜਾਂ ਵਿਰੋਧੀ ਪਾਰਟੀ ਵਾਲੇ, ਦੇਖੋ ਜਦੋਂ ਅਕਾਲੀ ਸਰਕਾਰ ਸੀ ਕਾਂਗਰਸ ਵਾਲੇ ਉਹੀ ਰੌਲਾ ਪਾਉਂਦੇ ਸੀ, ਬਿੱਲ ਨਹੀਂ ਦਿੰਦੇ ਜੀ, ਮੌਕੇ 'ਤੇ ਦੱਸਦੇ ਨੇ, ਐਂ ਕਰਦੇ ਨੇ ਜੀ, ਤੁਸੀਂ ਚੱਕ ਕੇ ਦੇਖ ਲਓ ਉਹੀ ਵੀਡੀਓ, ਉਹੀ ਅੱਜ ਅਕਾਲੀ ਕਰ ਰਹੇ ਨੇ, ਬਿੱਲ ਨਹੀਂ ਦਿੰਦੇ ਜੀ, ਮੌਕੇ 'ਤੇ ਦਿੰਦੇ ਨੇ, ਬਹਿਸ ਦਾ ਸਮਾਂ ਨਹੀਂ ਜੀ, ਪੜ੍ਹਨ ਦਾ ਸਮਾਂ ਨਹੀਂ।
ਇਹਦੀ ਖਾਤਰ ਇੱਕ ਸੈੱਟ ਪੈਟਰਨ ਬਣਿਆ ਨਹੀਂ ਹੋਇਆ ਵਿਧਾਨ ਸਭਾ ਦਾ, ਜਿਹਨੂੰ ਸਾਰੀਆਂ ਸਰਕਾਰਾਂ ਨੇ ਗਿਣ ਮਿਥ ਕੇ ਤੋੜਿਆ ਉਹਦੀ ਡੈਮੋਕ੍ਰੈਟਿਕ ਫੰਕਸ਼ਨ ਨੂੰ, ਉਹਦੇ ਜਿੰਨਾ ਵਿਚਾਰ ਲੋਕਤੰਤਰ ਮਜ਼ਬੂਤ ਲਾਈਵ ਹੋਣਾ ਲੋਕਤੰਤਰ ਮਜ਼ਬੂਤ ਹੋ ਜਾਊਗਾ, ਇਹਦਾ ਹਾਂ ਪੱਖੀ ਅਸਰ ਪੈਣਾ, ਹਾਂ ਪੱਖੀ ਅਸਰ ਕਿੰਨਾ ਕੁ ਪੈਣਾ ਇਹ ਅੱਡ ਗੱਲ ਆ, ਪਰ ਇਹਨੇ ਸਵਾਲ ਪਾਰਟੀਆਂ ਤੇ ਹੋਰ ਵੱਡੇ ਖੜੇ ਕਰ ਦੇਣੇ ਨੇ ਜਿਨ੍ਹਾਂ ਤੋਂ ਬਚਦੇ ਨੇ, ਜਿਹੜੀ ਉਹ ਪਾਰਦਰਸ਼ਤਾ ਜਵਾਬਦੇਹੀ ਪਾਰਟੀ ਫੰਕਸ਼ਨ ਤੋਂ ਬਚਦੇ ਨੇ ਉਹਨਾਂ ਨੂੰ ਵੀ ਇਹਨਾਂ ਨੂੰ ਜਵਾਬ ਦੇਣਾ ਪਊ। ਠੀਕ ਹੈ ਗੋਵਿੰਦਰ ਮਿੱਤਲ, ਤੁਸੀਂ ਬ੍ਰੇਕ ਵਿੱਚ ਕਨਫਰਮ ਕਰ ਲਿਆ ਹੋਊਗਾ, ਇੱਕ ਤੁਸੀਂ ਨਿੱਜੀ ਚੈਨਲ ਜ਼ਿਕਰ ਕੀਤਾ ਸੀਗਾ, ਤੁਸੀਂ ਆਪ ਹੀ ਕਲੈਰਿਟੀ ਦੇ ਦਿਓ ਸਰ। ਨਹੀਂ ਨਹੀਂ ਦੇਖੋ, ਜਿਹੜੀ ਦੇਖੋ ਕੇਪੀ ਸਿੰਘ ਗੱਲ ਇਹ ਆ, ਦਿੱਲੀ ਦੀ ਤੁਸੀਂ ਗੱਲ ਕੀਤੀ ਸੀ, ਉੱਥੇ ਜਿਹੜੇ ਸਾਡੇ ਰਾਈਟਸ ਹੈਗੇ ਨੇ ਉੱਥੇ ਉਹ NIC ਕੋਲ ਰਾਈਟਸ ਨੇ, ਉਹ ਇੱਕ ਵੈਬ ਚੈਨਲ ਆ, ਉਹ ਅੱਗੇ ਗਾਹਾਂ ਦੇਖੋ ਪ੍ਰਾਈਵੇਟ ਚੈਨਲ ਨੇ ਜਿਹੜੇ, ਚਾਹੇ ਦਿੱਲੀ ਆਜ ਤੱਕ ਆ ਚਾਹੇ ਕੋਈ ਹੋਰ ਚੈਨਲ ਆ, ਉਹ ਉਹਨਾਂ ਕੋਲ ਇਹ ਰਾਈਟ ਹੈਗਾ ਕਿ NIC ਨਾਲ ਉਹ ਕੰਟਰੈਕਟ ਕਰਕੇ ਉਹਨਾਂ ਤੋਂ ਅੱਗੇ ਐਕਸੈਸ ਲੈ ਸਕਦੇ ਨੇ। ਜਿਹੜਾ ਸਾਡਾ ਦਿੱਲੀ ਗਵਰਨਮੈਂਟ ਦਾ ਜਿਹੜਾ ਕੰਟਰੈਕਟ ਆ ਉਹ NIC ਨਾਲ ਆ, ਜਿਹੜੀ ਕਿ ਸੈਂਟਰ ਆਪਰੇਟਡ ਇੱਕ ਏਜੰਸੀ ਆ ਵੈਬ ਚੈਨਲ ਦੇ। ਮਸਲਾ ਇਹ ਹੈ ਕਿ ਸਾਡਾ ਇੱਕ ਮੀਡੀਆ ਜਿੱਥੇ ਐਂਟਰੀ ਆ, ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਤੇ ਲਾਈਵ ਕਰਦੇ ਆ। ਦੇਖੋ ਆਮ ਆਦਮੀ ਪਾਰਟੀ ਜਿਹੜੇ ਅਫੀਸ਼ੀਅਲ ਪੇਜ ਨੇ, ਹੋਰ ਉਸ ਤਰ੍ਹਾਂ ਉੱਥੇ ਕੈਮਰੇ ਦੀ ਐਂਟਰੀ ਆ, ਕੈਮਰੇ ਦੀ ਐਂਟਰੀ ਦੇ ਜਿਹੜੇ ਲੋਕਾਂ ਨੂੰ ਦੇਖੋ ਤਾਂ ਸਾਰੇ ਲੋਕਾਂ ਨੇ ਦੇਖਿਆ ਕਿ ਇਹਨਾਂ ਦਾ ਕੀ ਕੰਡਕਟ ਸੀਗਾ, ਉਹ ਖਪਖਾਨਾ ਸੀਗਾ ਤੇ ਜਿਹੜਾ ਭਾਰਤ ਰਤਨ ਵਾਲਾ ਸੀ ਉਹ ਕੀ ਸੀ? ਨਹੀਂ ਭਾਰਤ ਰਤਨ ਵਾਲਾ ਵੀ ਕਲੈਰਿਟੀ ਦੇਖੋ, ਮੈਂ ਪਹਿਲਾਂ ਵੀ ਦੱਸਿਆ ਕਿ ਜੋ ਕੁਝ ਹੋਇਆ ਉੱਥੇ ਲੋਕਾਂ ਨੇ ਲਾਈਵ ਪ੍ਰੋਸੀਡਿੰਗ ਦੇ ਵਿੱਚ ਦੇਖਿਆ। ਸੌਰਵ ਭਾਰਦਵਾਜ ਐਮਐਲਏ ਉਹਨਾਂ ਨੇ ਵੀ ਕਲੀਅਰ ਕੀਤਾ, ਜਰਨੈਲ ਸਿੰਘ ਐਮਐਲਏ ਉਹਨਾਂ ਨੇ ਵੀ ਕਲੀਅਰ ਕੀਤਾ, ਉੱਥੇ ਜਿਹੜੀ ਸਪੀਕਰ ਸਾਹਿਬ ਨੇ ਵੀ ਕਲੀਅਰ ਕੀਤਾ ਕਿ ਜਿਹੜਾ ਰੇਲਵੇ ਦਾ ਨਾਮ ਸੀਗਾ, ਆਮ ਆਦਮੀ ਪਾਰਟੀ ਅਸੀਂ ਕੋਈ ਬੁੱਕ ਅਸੀਂ ਕੋਈ ਆਮ ਆਦਮੀ ਪਾਰਟੀ ਬਿਨਾਂ ਖਰਚੇ ਤੋਂ ਲਾਈਵ ਹੋ ਜਾਵੇ ਤਾਂ ਬਿਹਤਰ ਆ। ਨਹੀਂ ਦੇਖੋ ਬਿਨਾਂ ਖਰਚੇ ਤੋਂ ਹੋ ਜਾਵੇ, ਤੁਹਾਡੇ ਦਿੱਲੀ ਦੇ ਮਾਡਲ ਤੋਂ ਤਾਂ ਮੈਨੂੰ ਇਹੀ ਚੀਜ਼ ਸਮਝ ਆ ਰਹੀ ਹੈ। ਦੇਖੋ ਇਹ ਸਪੀਕਰ ਸਾਹਿਬ ਨੇ ਡਿਸਾਈਡ ਕਰਨਾ ਕਿ ਕਿਹੜੇ ਚੈਨਲ ਨੂੰ ਕਿੰਨੇ ਰਾਈਟ ਦੇਣੇ ਆ, ਕਿਹੜੇ ਪ੍ਰਿੰਟ ਮੀਡੀਆ ਨੂੰ ਰਾਈਟ ਦੇਣੇ ਆ, ਕਿਹੜੇ ਇਲੈਕਟ੍ਰੋਨਿਕ ਮੀਡੀਆ ਨੂੰ ਰਾਈਟ ਦੇਣਾ, ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਮੈਂ ਜਿਸ ਤਰ੍ਹਾਂ ਗੱਲ ਕਹਿ ਰਿਹਾ ਕਿ ਉੱਥੇ ਵੀ ਸਪੀਕਰ ਤੁਹਾਡੇ, ਇੱਥੇ ਸਪੀਕਰ ਇਹਨਾਂ ਦੇ ਨਹੀਂ, ਉੱਥੇ ਅਸੀਂ ਸੈਂਟਰਲ ਤੁਸੀਂ ਇੱਥੇ ਇਹਨਾਂ ਦੇ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਦੇ ਸਪੀਕਰ ਨਹੀਂ ਕੁਝ ਰਾਹ ਦਿੰਦੇਗੇ, ਇਹ ਤੁਹਾਡੇ ਇਲਜ਼ਾਮ ਨਹੀਂ। ਦੇਖੋ ਸਾਡਾ ਤਾਂ ਅਸੀਂ ਦੱਸ ਰਹੇ ਹਾਂ ਕਿ ਸਾਡੀ ਤਾਂ ਉੱਥੇ ਮੀਡੀਆ ਦੀ ਐਂਟਰੀ ਆ, ਗੁਜਰਾਤ ਅਸੈਂਬਲੀ ਇੱਕੋ ਇੱਕ ਅਜਿਹੀ ਅਸੈਂਬਲੀ ਰਹੀ ਆ ਜਿੱਥੇ ਬਹੁਤ ਲੰਬਾ ਸਮਾਂ ਉੱਥੇ ਮੀਡੀਆ ਦੀ ਐਂਟਰੀ ਬੈਨ ਸੀਗੀ, ਤੇ ਇਹ ਨਹੀਂ ਤੁਸੀਂ ਕਹਿ ਸਕਦੇ। ਅਸੀਂ ਅਸੀਂ ਟ੍ਰਾਂਸਪੇਰੈਂਸ ਤਰੀਕੇ ਨਾਲ ਉੱਥੇ ਕੰਮ ਕਰ ਰਹੇ ਹਾਂ ਦਿੱਲੀ ਦੇ ਵਿੱਚ। ਦਿੱਲੀ ਦੇ ਕੰਮਾਂ ਦਾ ਮਾਡਲ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਅੱਜ ਫੈਲ ਰਿਹਾ, ਲੋਕ ਦੇਖ ਰਹੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਨੇ, ਚਾਹੇ ਉਹ ਵਿਧਾਨ ਸਭਾ ਦੇ ਜ਼ਰੀਏ ਦੇਖ ਰਹੇ ਨੇ। ਮੈਨੂੰ ਇਸ ਵਿਸ਼ੇ ਤੋਂ ਤੁਹਾਡੀ ਸੈਟੀਸਫੈਕਸ਼ਨ ਤੁਹਾਡੀ ਹੋਵੇ ਚਾਹੇ ਨਾ ਹੋਵੇ, ਇਹ ਗੱਲ ਨਹੀਂ, ਮੈਂ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਲੋਕਤੰਤਰ ਦੀ ਮਜ਼ਬੂਤੀ ਵਾਲੀ ਗੱਲ ਕਰੀ ਆ, ਇਸ ਤਰੀਕੇ ਦੇਖੋ ਜਿਹੜਾ ਮੀਡੀਆ ਉਹ ਫੋਰਥ ਪਿਲਰ ਆਫ ਡੈਮੋਕ੍ਰੇਸੀ, ਮੈਂ ਪਹਿਲਾਂ ਵੀ ਕਿਹਾ ਜਦੋਂ ਸਾਡੇ ਵਿਧਾਨ ਸਭਾ ਦੀ ਕਾਰਵਾਈ ਲੋਕ ਦੇਖਣਗੇ ਤਾਂ ਲੋਕਾਂ ਦਾ ਇੰਟਰਸਟ ਕ੍ਰੀਏਟ ਹੋਵੇਗਾ ਕਿ ਸਾਡਾ ਉੱਥੇ ਕੀ ਹੁੰਦਾ। ਜਿਹੜੇ 40-40 ਸਾਲ ਤੋਂ ਉੱਥੇ ਥੰਮ ਬੈਠੇ ਨੇ, ਜਿਹੜੇ ਉੱਥੇ 8-8 ਵਾਰ ਜਿੱਤ ਕੇ ਉੱਥੇ ਜਾਂਦੇ, ਚਾਹੇ ਪਾਰਲੀਮੈਂਟ ਆ ਚਾਹੇ ਵਿਧਾਨ ਸਭਾ, ਲੋਕ ਉਹਨਾਂ ਨੂੰ ਪੁੱਛਣਗੇ ਕਿ ਜਦੋਂ ਉਹਨਾਂ ਦੀ ਕਾਰਗੁਜ਼ਾਰੀ ਦੇਖਣਗੇ ਕਿਸ ਤੈਨੂੰ ਉਹੀ ਵੋਟਾਂ ਪਾਈ ਗਏ, ਇਹਨਾਂ ਦਾ ਸਾਡਾ ਉੱਥੇ ਮੁੱਦਾ ਚੱਕਿਆ ਹੀ ਕੋਈ ਨਹੀਂ, ਲੋਕਾਂ ਦਾ ਇੰਟਰਸਟ ਕ੍ਰੀਏਟ ਹੋਵੇ। ਤਾਰੇ ਸਾਹਿਬ ਇੱਕ ਜਦੋਂ ਇਹ ਚਰਚਾ ਚੱਲ ਰਹੀ ਹੈਗੀ, ਇਸ ਚਰਚਾ ਦੇ ਵਿਚਾਲੇ ਇਹ ਸਵਾਲ ਆ ਰਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਡਰਦਾ ਪਿਆ? ਨਹੀਂ ਨਹੀਂ, ਅਸੀਂ ਬਿਲਕੁਲ ਨਹੀਂ ਡਰਦੇ, ਅਸੀਂ ਤੁਸੀਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿ ਰਿਹਾ ਕਿ ਅਸੀਂ ਇਸ ਗੱਲ ਲਈ ਸਹਿਮਤ ਹਾਂ, ਪਰ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਜਾਣ ਕੇ ਡਰਾਮੇ ਕਰ ਰਹੀ ਹੈ, ਇਹਨਾਂ ਦਾ ਕੋਈ ਪਰਪਜ਼ ਨਹੀਂ ਹੈਗਾ ਇਹਨੂੰ ਜਿਹੜਾ ਹੈਗਾ ਵਿਧਾਨ ਸਭਾ ਦੇ ਸੈਸ਼ਨ ਨੂੰ ਲਾਈਵ ਕਰਨ ਦਾ। ਮੈਂ ਤੁਹਾਨੂੰ ਇਹਦਾ ਗੱਲ ਦੱਸਦਾ, ਦੇਖੋ ਐਕਚੁਅਲ ਜਿਹੜਾ ਤਰੀਕਾ ਇਹ ਹੈਗਾ ਕਿ ਇਹ ਪਹਿਲਾਂ ਜਿਹੜਾ ਨੋਟਸ ਹੈਗਾ ਜਿਹੜਾ ਜਾਂ ਮੈਮੋਰੈਂਡਮ ਹੈਗਾ ਜਿਹੜਾ ਇਹ ਸਪੀਕਰ ਨੂੰ ਦਿੰਦੇ, ਜੇ ਉਹ ਇਹਨਾਂ ਦੇ ਉਹਨੂੰ ਰਿਜੈਕਟ ਕਰਦਾ ਤਾਂ ਇਹ ਹਾਈ ਕੋਰਟ 'ਚ ਜਾਂਦੇ, ਤਾਂ ਉਹਦੀ ਜੁਰਿਸਡਿਕਸ਼ਨ ਬਣਦੀ ਸੀ। ਦੇਖੋ ਮੈਂ ਤੁਹਾਨੂੰ ਦੱਸਦਾ ਡਰਾਮਾ ਕੀ ਕਰਦੇ ਲੋਕੀ ਕਹਿੰਦੇ ਹੋ ਕਿ ਹਾਈ ਕੋਰਟ ਦਖਲ ਦਾ ਨਹੀਂ ਕਰਦਾ, ਹਾਈ ਕੋਰਟ ਨੇ ਹੁਣੇ ਕਹਿਤਾ ਕਿ ਸਪੀਕਰ ਕੋਲੇ ਅਖਤਿਆਰ ਹੈ, ਤਾਂ ਵੀ ਮੰਨੋ ਉਹੀ ਗੱਲ ਕਰਦੇ ਨਾ, ਜੇ ਉਹ ਰਿਜੈਕਟ ਕਰ ਦਿੰਦਾ, ਉਹ ਡਿਸਾਈਡ ਇਹਨਾਂ ਦੇ ਅਗੇਂਸਟ ਕਰ ਦਿੰਦਾ ਤਾਂ ਇਹਨਾਂ ਨੂੰ ਹਾਈ ਕੋਰਟ ਨੂੰ ਜੁਰਿਸਡਿਕਸ਼ਨ ਹੈਗੀ ਆ, ਬੜੀਆਂ ਉਹਦੀਆਂ ਪਾਵਰਾਂ ਹੈਗੀਆਂ। ਪਰ ਇਹ ਕੀ ਕਰਿਆ ਇਹਨਾਂ ਨੇ, ਉਹਦੇ ਕੋਲ ਜਾ ਕੇ ਪਹਿਲਾਂ ਹਾਈ ਕੋਰਟ ਕੋਲ ਜਾ ਕੇ ਫਿਰ ਇਹ ਸਪੀਕਰ ਕੋਲ ਆ ਗਏ, ਹੁਣ ਇਹ ਉਹਦੇ ਫੈਸਲੇ ਦੇ ਖਿਲਾਫ ਫਿਰ ਹਾਈ ਕੋਰਟ ਨੂੰ ਇਹ ਡਰਾਮਾ ਲੱਗਦਾ ਪਿਆ, ਇਹ ਡਰਾਮਾ ਹੈ ਸਾਰਾ। ਦੂਸਰੀ ਗੱਲ ਆ ਰਿਹਾ ਗੋਵਿੰਦ ਮਿੱਤਲ ਆ ਰਿਹਾ, ਦੂਜੀ ਗੱਲ ਜੇ ਪਾਰਦਰਸ਼ਤਾ ਵਾਲੀ ਇਹਨਾਂ ਨੇ ਗੱਲ ਕਰਨੀ ਹੁੰਦੀ ਤਾਂ ਇਹਨਾਂ ਦੇ ਖਿਲਾਫ RTI ਦੇ ਵਿੱਚ ਕਿੰਨੇ ਕੇਸ ਫਾਈਲ ਹੋਏ ਪਏ ਆ,
ਕਿ ਇਹਨਾਂ ਨੇ ਜਿੰਨੇ ਫੰਡ ਲੋਕਾਂ ਤੋਂ ਇਕੱਠੇ ਕਰੇ NRIs ਤੋਂ ਇਕੱਠੇ ਕਰੇ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਦੇਣ ਉਹ ਕਿਉਂ ਨਹੀਂ ਦਿੰਦੇ? ਤੁਸੀਂ ਦਿੰਦੇ ਹੋ ਹਿਸਾਬ ਤਾਂ ਬਿਲਕੁਲ ਦਿੰਦੇ ਹੋ, ਬਿਲਕੁਲ ਸਾਡੇ ਦੇ ਵਿੱਚ ਆਉਣਾ ਚਾਹੁੰਦੇ ਸਾਰੀਆਂ ਪਾਰਟੀਆਂ, ਬਿਲਕੁਲ ਸਾਡਾ ਤਾਂ ਇਹ ਆਮ ਆਦਮੀ ਪਾਰਟੀ ਨੇ ਕੱਲੀ ਦੇਖੋ ਸਾਰਨੀ ਸਾਹਿਬ ਇਹਨਾਂ ਨੂੰ ਗੁੰਮਰਾਹ ਕਰ ਰਹੇ ਹੋ ਸਾਰੇ ਜਿਹੜੇ ਆਏ ਨੇ ਗੁੰਮਰਾਹ ਕਰ ਰਹੇ ਹੋ ਕਦੋਂ ਇਹਨਾਂ ਨੇ ਦਿੱਤੇ? ਅਸੀਂ ਦਰਸ਼ਕਾਂ ਨੂੰ ਜਵਾਬ ਦੇ ਆ ਗੁੰਮਰਾਹ ਨਾ, ਬਿਲਕੁਲ ਬਿਲਕੁਲ ਸਵੈਸਰ ਤੁਹਾਨੂੰ ਵੀ ਡਰਾਮਾ ਲੱਗਦਾ ਆਮ ਆਦਮੀ ਪਾਰਟੀ ਦਾ? ਨਹੀਂ ਮੈਂ ਦੇਖੋ ਮੈਂ ਡਰਾਮਾ ਨਹੀਂ ਕਹਿੰਦਾ ਇਹਨੂੰ, ਫਿਰ ਕੀ ਕਹੂੰ? ਦੇਖੋ ਗੱਲ ਕੋਈ ਵੀ ਪਾਰਟੀ ਕਰੇ ਜੇ ਕੋਈ ਚੰਗੀ ਗੱਲ ਕਰਦੀ ਹੈ ਤਾਂ ਉਹਦੇ ਸਮਰਥਨ ਕਰਨਾ ਚਾਹੀਦਾ ਹੈਗਾ। ਅਕਾਲੀ ਦਲ ਵਾਂਗ ਨਹੀਂ, ਅਕਾਲੀ ਦਲ ਨੇ ਤਾਂ ਹਰਿਮੰਦਰ ਸਾਹਿਬ ਤੋਂ ਜਿਹੜੀ ਸਰਬ ਸਾਂਝੀ ਗੁਰਬਾਣੀ ਦਾ ਜਿਹੜਾ ਉੱਥੋਂ ਹੁੰਦਾ ਪ੍ਰਸਾਰ ਹੁੰਦਾ ਹੈ ਉਹ ਵੀ ਇੱਕ ਪ੍ਰਾਈਵੇਟ TV ਚੈਨਲ ਨਾਲ ਬੰਨਿਆ ਹੋਇਆ, ਉਹ ਵੀ ਆਮ ਲੋਕ ਆਮ TV ਚੈਨਲ ਕਿੱਥੇ ਉੱਥੇ ਲੈ ਸਕਦੇ ਨੇ? ਇਹ ਕਿਹੜੀ ਗੱਲ ਕਰਦੇ? ਤੁਸੀਂ ਧਾਰਮਿਕ ਮੁੱਦਾ ਕਿਉਂ ਬਣਾ ਰਹੇ ਹੋ? ਮੈਂ ਜਿਹੜੀ ਗੱਲ ਕਰ ਰਿਹਾ ਮੈਂ ਡਿਬੇਟ ਕਰਾ ਦੂੰਗਾ ਤੁਹਾਡੀ, ਐਗਜ਼ਾਮਪਲ ਦੇ ਰਿਹਾ ਦੂੰਗਾ, ਮੈਂ ਐਗਜ਼ਾਮਪਲ ਦੇ ਰਿਹਾ ਕਿ ਇਹ ਜਿਹੜਾ ਹੈਗਾ ਇਹ ਵਿਰੋਧ ਇਹਨਾਂ ਦਾ ਜਾਇਜ਼ ਨਹੀਂ ਹੈਗਾ। ਸਰਕਾਰ ਕੁਝ ਨਹੀਂ ਕਰ ਸਕਦੀ ਉਹਨਾਂ 'ਚ? ਫਿਰ ਸਰਕਾਰ ਕੁਝ ਕਰ ਸਕਦੀ ਹੈ? ਤੁਸੀਂ ਇੱਥੇ ਪਹਿਲਾਂ ਇਲਜ਼ਾਮ ਲਾਈ ਨਾ ਸਰਕਾਰ, ਤੁਸੀਂ ਜੇ ਤੁਹਾਨੂੰ ਇੰਨਾ ਦੁੱਖ ਹੋ ਰਿਹਾ ਤੇ ਕਾਰਵਾਈ ਕਰ ਲਓ ਫਿਰ, ਕਿਉਂਕਿ ਸਰਕਾਰ ਜੇ ਸਿੱਧੇ ਤੌਰ ਤੇ ਕੋਈ ਗੱਲ ਕਰ ਕਾਨੂੰਨੀ ਤੌਰ ਤੇ ਸਰਕਾਰ ਬਣੀ ਪਈ ਹੈ, ਉਹ ਹੈਗਾ SGPC ਧਾਰਮਿਕ ਸਥਾਨ ਹੈ। ਅਗਰ ਜੇ ਅਸੀਂ ਕਹਾਂਗੇ ਸਰਕਾਰ ਕੋਈ ਐਕਸ਼ਨ ਲੈ ਜੀ ਉੱਥੇ, ਉਸੇ ਵਿਧਾਨ ਸਭਾ ਵਿੱਚ ਤੁਸੀਂ ਖੜ ਕੇ ਕਿਹਾ ਸੀ ਤੁਹਾਡੇ ਮੰਤਰੀ ਕਹਿ ਰਹੇ ਸੀ SGPC ਤੇ ਕਬਜ਼ਾ ਅਸੀਂ ਕਰਨਾ ਹੁਣ, ਉਸੇ ਵਿਧਾਨ ਸਭਾ ਚ ਕਹਿ ਰਹੇ ਸੀ ਹੁਣ ਤੁਸੀਂ ਧਾਰਮਿਕ ਸਥਾਨ। ਲੜ ਕੋਈ ਵੀ ਸਕਦਾ, ਕੋਈ ਵੀ ਸਿੱਖ ਕਿਸੇ ਪਾਰਟੀ ਜੇ ਹੋਏ ਹੁਣ ਵਿਚਾਰ ਬੋਲਿਓ, ਲੜ ਕੋਈ ਵੀ ਸਕਦਾ, ਚਾਹੇ ਮੈਂ ਕਾਂਗਰਸ ਵਿੱਚ ਪਾਰਟੀ ਚ ਹਾਂ, ਚਾਹੇ ਮੈਂ ਆਮ ਆਦਮੀ ਪਾਰਟੀ ਚ ਹਾਂ, ਚਾਹੇ ਮੈਂ ਅਕਾਲੀ ਦਲ ਚ ਹਾਂ, ਲੜ ਕੋਈ ਸਕਦਾ SGPC ਇਲੈਕਸ਼ਨ ਕੋਈ ਵੀ ਲੜ ਸਕਦਾ ਹੈਗਾ, ਲੇਕਿਨ ਅੱਜ ਦੇ ਦਿਨ ਦੇ ਵਿੱਚ ਜਿਹੜਾ ਕਬਜ਼ਾ ਉੱਥੇ ਹੈਗਾ ਉਹ ਅਕਾਲੀ ਦਲ ਦਾ ਹੈਗਾ, ਇਹ ਤੁਸੀਂ ਵੀ ਜਾਣ ਸਭ ਜਾਣਦੇ ਹੈਗੇ ਆ। ਸੋ ਜਿਹੜਾ ਇਹ ਗੱਲ ਕਰ ਰਹੇ ਨੇ ਕਿ ਇਹ ਡਿਮਾਂਡ ਕਰਨੀ ਕਿ ਹੈਗਾ ਪ੍ਰਸਾਰਨ ਇੱਦਾਂ ਡਰਾਮਾ ਕਰ ਰਹੇ ਨੇ, ਨਹੀਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਇਹਨਾਂ ਦੇ ਨਾਲ, ਆਮ ਆਦਮੀ ਪਾਰਟੀ ਨਾਲ, ਵੀ ਪ੍ਰਸਾਰਨ ਜਿਹੜਾ ਹੁਣ ਜਿਹੜਾ ਲਾਈਵ ਹੋਣਾ ਚਾਹੀਦਾ ਹੈਗਾ, ਇਹ ਡਰਾਮਾ ਨਹੀਂ ਹੈਗਾ ਨਾ? ਬਿਲਕੁਲ ਡਰਾਮਾ ਨਹੀਂ ਹੈਗਾ ਇਹ, ਠੀਕ ਕਰ ਰਹੇ ਹਾਈਕੋਰਟ ਵਿੱਚ ਜਾਣਾ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਕਹਿਣਾ, ਦੋ ਚੀਜ਼ਾਂ ਵਿੱਚ ਬੜਾ ਫਰਕ ਹੈਗਾ। ਤੇ ਹਮੇਸ਼ਾ ਇਹ ਸਵਾਲ ਉੱਠਦਾ ਕਿ ਹਾਈਕੋਰਟ ਆ ਜਿਹੜਾ ਦਖਲ ਅੰਦਾਜ਼ੀ ਨਾ ਕਰੇ ਇਸ ਮਾਮਲੇ ਦੇ ਵਿੱਚ, ਹੁਣ ਇਹ ਹਾਈਕੋਰਟ ਕੋਲੇ ਗਏ ਹੈਗੇ ਆ, ਹਾਈਕੋਰਟ ਕੋਲੇ ਕਿੰਨੇ ਵਕਤ ਤਿਆਰ ਹੁੰਦੇ ਆ ਇਸ ਬਾਰੇ ਫੈਸਲਾ ਲੈਣ? ਹਾਈਕੋਰਟ ਨੇ ਜੀ ਇਸ ਇਸ਼ੂ ਦੇ ਉੱਤੇ ਜਿਹੜਾ ਨਾ ਬਹੁਤ ਉਹਨਾਂ ਨੇ ਕੋਈ ਇਹ ਨਹੀਂ ਗਾ ਕਿ ਕੋਈ ਡਾਇਰੈਕਸ਼ਨ ਦਿੱਤੀ ਆ ਜਾਂ ਕੁਛ ਉਹਨਾਂ ਨੇ ਜਿਹੜਾ ਕਿਹਾ ਕਿ ਤੁਸੀਂ ਇਹਦੇ ਬਾਰੇ ਜਿਹੜਾ ਵਾ ਲਾਈਵ ਇਹਨੂੰ ਕਰੋ, ਉਹਨਾਂ ਨੇ ਸਿਰਫ ਇਹ ਕਿਹਾ ਕਿ ਤੁਸੀਂ ਹਾਈਕੋਰਟ ਆਉਣ ਤੋਂ ਪਹਿਲਾਂ ਸਪੀਕਰ ਸਾਹਿਬ ਦੇ ਕੋਲ ਜਾਓ ਅਤੇ ਸਪੀਕਰ ਸਾਹਿਬ ਨੂੰ ਜਿਹੜਾ ਕਿਹਾ ਹੈ ਕਿ ਇਹ ਜਿਹੜਾ ਇਹਨਾਂ ਦਾ ਜੋ ਵੀ ਇਹਨਾਂ ਦੀ ਐਪਲੀਕੇਸ਼ਨ ਹੈ, ਜੋ ਵੀ ਇਹਨਾਂ ਦਾ ਮੈਮੋਰੈਂਡਮ ਹੈ, ਜੋ ਵੀ ਇਹਨਾਂ ਦੀ ਸਬਮਿਸ਼ਨ ਹੈ ਇਹਦੇ ਬਾਰੇ ਦੇ ਵਿੱਚ, ਉਹਨੂੰ ਗੌਰ ਕਰਕੇ ਉਹਦੇ ਉੱਤੇ ਤੁਸੀਂ ਆਪਣਾ ਫੈਸਲਾ ਕਰੋ। ਚਾਹੇ ਤੁਸੀਂ ਉਹਨੂੰ ਰੱਦ ਵੀ ਕਰ ਸਕਦੇ ਹੋ, ਤੁਸੀਂ ਉਹਨੂੰ ਆਮ ਆਦਮੀ ਪਾਰਟੀ ਨੇ ਅੱਗੇ ਗੱਲ ਕਹੀ ਹੈ ਕਿ ਅਰੋੜਾ ਦੇ ਸੰਤੁਸ਼ਟ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਫਿਰ ਅਦਾਲਤ ਤੋਂ ਨਹੀਂ, ਉਹ ਮੈਂ ਆ ਰਹੀ ਜੀ ਉਸ ਤੋਂ, ਉਹ ਕਿਸੇ ਨੂੰ ਵੀ ਰਾਈਟ ਹੈ ਜਦੋਂ ਜਿਹੜੇ ਆ ਜੇ ਦੁਬਾਰਾ ਇਹਨਾਂ ਕੋਲ ਕੀ ਅਧਿਕਾਰ ਹੈਗੇ ਆ ਕਿ ਕਿਸ ਮਾਮਲੇ ਦੇ ਵਿੱਚ ਉਹ ਕੀ ਕਹਿਣਗੇ? ਸਪੀਕਰ ਦੀ ਕੀ ਸ਼ਿਕਾਇਤ ਕਰਨਗੇ? ਮੈਂ ਨਹੀਂ, ਸਪੀਕਰ ਦੀ ਸ਼ਿਕਾਇਤ ਨਹੀਂ ਹੁੰਦੀ ਹੈ, ਸਪੀਕਰ ਜਿਹੜਾ ਹੈ ਸਪੀਕਰ ਜਿਹੜਾ ਉਹਦੇ ਤੇ ਆਪਣਾ ਆਰਡਰ ਦੇਵੇਗਾ, ਆਪਣਾ ਵਿਊ ਦੇਵੇਗਾ ਉਹਦੇ ਉੱਤੇ ਕਿ ਇਹ ਜਿਹੜਾ ਲਾਈਵ ਪ੍ਰਸਾਰਿਤ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ। ਜੇ ਉਹ ਪ੍ਰਸਾਰ ਜਿਹੜਾ ਵਾ ਲਾਈਵ ਮੰਨ ਜਾਂਦੇ ਆ ਤਾਂ ਉਹ ਅੱਗੇ ਤੋਂ ਜਿਹੜਾ ਵਾ ਚਾਲੂ ਹੋ ਜਾਏਗਾ। ਜੇ ਉਹ ਨਹੀਂ ਮੰਨਦੇ ਕਿ ਸਾਡੇ ਕੋਲ ਇਹ ਟੈਕਨੀਕਲ ਨਹੀਂ ਹੈ, ਸਾਡੇ ਕੋਲ ਇਹ ਪ੍ਰੋਬਲਮ ਹੈ, ਜੋ ਵੀ ਪ੍ਰੋਬਲਮ ਆ, ਇਹ ਦੇਖੋ KP Singh ਜੀ ਇਹ ਪੋਲੀਟੀਕਲ ਡਿਸੀਜਨ ਹੋਣਾ ਜੀ, ਇੱਕ ਇੰਡੀਵਿਜੁਅਲ ਸਪੀਕਰ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੈਲੰਜ ਕੀਤਾ ਜਾ ਸਕਦਾ ਤੇ ਕਿਸ ਬਣਾ ਤੇ ਕੀਤਾ ਜਾ ਸਕਦਾ? ਆ ਰਿਹਾ ਜੀ, ਮੈਂ ਕਹਿੰਦਾ ਕਿ ਇਹ ਜੋ ਵੀ ਸਪੀਕਰ ਨੇ ਕਰਨਾ ਵਾ ਸਪੀਕਰ ਦਾ ਨਿੱਜੀ ਫੈਸਲਾ ਨਹੀਂ, ਇੱਕ ਪੋਲੀਟੀਕਲ ਡਿਸੀਜਨ ਹੋਏਗਾ। ਜੇ ਉਹ ਨਾ ਕਰ ਦਿੰਦਾ, ਨਹੀਂ ਮੰਨਦਾ ਹੈ ਤਾਂ ਹਾਈਕੋਰਟ ਨੇ ਕਿਹਾ ਕਿ ਤੁਸੀਂ ਫਿਰ ਆ ਸਕਦੇ ਹੋ, ਇਹਦੇ ਤੇ ਕੋਈ ਜਿਹੜੀ ਆ ਉਹ ਫਿਰ ਆ ਸਕਦੇ, ਫਿਰ ਕੀ ਹੋ ਸਕਦਾ? ਫਿਰ ਹਾਈਕੋਰਟ ਜੋ ਹੈ ਉਹ ਡਿਸਾਈਡ ਕਰੇਗੀ, ਹਾਈਕੋਰਟ ਡਿਸਾਈਡ ਕਰ ਸਕਦਾ ਫਿਰ, ਡਿਸਾਈਡ ਕਰੇਗੀ ਕਿ ਇਫ ਵੀ ਹੈਵ ਟੂ ਇੰਟਰਵੀਨ ਔਰ ਨਾਟ ਟੂ ਇੰਟਰਵੀਨ। ਦੇਖੋ ਮੈਂ ਜਿਹੜੀ ਕਰੂਣੀ ਗੱਲ ਕਰਦਾ, ਮੈਂ ਜਿਹੜੀ ਆ ਮੈਂ ਅਸੈਂਬਲੀ ਜਿਹੜੀ ਆ ਉਹ ਇੰਡੀਪੈਂਡੈਂਟ ਬਾਡੀ ਹੈ, ਉਹਦੇ ਆਪਣੇ ਸਪੀਕਰ ਦੇ ਇੰਡੀਪੈਂਡੈਂਟ ਅਧਿਕਾਰ ਹੈ, ਬੇਸ਼ੱਕ ਇਹਦੇ ਵਿੱਚ ਬੜਾ ਬੜਾ ਲਿਮਿਟਿਡ ਪੋਸੀਬਿਲਟੀ ਹੈ ਕਿ ਹਾਈਕੋਰਟ ਇੰਟਰਵਿਊ। ਮੈਂ ਇੱਥੇ ਬਾਰ ਸਾਲ ਸਹਿਮਤ ਨਹੀਂ ਹੈਗਾ, ਉਹਦਾ ਕਾਰਨ ਇਹ ਹੈਗਾ
ਕਿ ਲਾਅ ਜਿਹੜਾ ਹੈਗਾ ਜਿਹੜਾ ਆਰਟੀਕਲ 19(1) ਇਹ ਹੈਗਾ ਨਾ ਜੀ ਰਾਈਟ ਟੂ ਇਨਫੋਰਮੇਸ਼ਨ ਹੈ ਉਹ ਬਹੁਤ ਜ਼ਿਆਦਾ ਇਵੋਲਵ ਹੋ ਚੁੱਕਾ ਹੈ ਅਤੇ ਸੁਪਰੀਮ ਕੋਰਟ ਜਦੋਂ ਇਹ ਕਹਿੰਦੇ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਪ੍ਰੋਸੀਡਿੰਗ ਨੇ ਉਹ ਲਾਈਵ ਹੋ ਸਕਦੀਆਂ ਨੇ ਤਾਂ ਅਸੈਂਬਲੀ ਦੇ ਜਿਹੜੀਆਂ ਪ੍ਰੋਸੀਡਿੰਗ ਨੇ ਇਹ ਲਾਈਵ ਕਿਉਂ ਨਹੀਂ ਹੋ ਸਕਦੀਆਂ ਇਹ ਆਰਟੀਕਲ 19(1)A ਥੱਲੇ ਆ ਸਕਦੀ ਹੈ ਮੈਂ ਇਹੀ ਹਾਈ ਕੋਰਟ ਦਾ ਸਪੀਚ ਐਂਡ ਐਕਸਪਲੇਨ ਦੇ ਵਿੱਚ ਗੱਲ ਆਉਂਦੀ ਆ ਜੇ ਸੁਪਰੀਮ ਕੋਰਟ ਦਾ ਵੀ ਲਾਈਵ ਹੋਣਾ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਡਿਸਾਈਡ ਕਰੇਗਾ ਹਾਈ ਕੋਰਟਾਂ ਦੇ ਵਿੱਚ ਵੀ ਜੇ ਲਾਈਵ ਹੋਣੀ ਆ ਪ੍ਰੋਸੀਡਿੰਗ ਜਿਹੜੀਆਂ ਤਾਂ ਚੀਫ ਜਸਟਿਸ ਦਾ ਫੰਡਾਮੈਂਟਲ ਰਾਈਟ ਆ ਪੀਪਲ ਟੂ ਨੋ ਉਹ ਡਿਸਾਈਡ ਕਰੇਗਾ ਹੋਣੀ ਆ ਕਿ ਨਹੀਂ ਹੋਣੀ ਇਸੇ ਤਰ੍ਹਾਂ ਨਾਲ ਜਿਹੜਾ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਜਾਂ ਅਸੈਂਬਲੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਸਪੀਕਰ ਹੈ ਪ੍ਰੈਜ਼ਾਈਡਿੰਗ ਆਫੀਸਰ ਹੈ ਉਹਨਾਂ ਕੋਈ ਰਾਈਟ ਹੈ ਕਿ ਉਹਨਾਂ ਨੇ ਕਿਵੇਂ ਪ੍ਰੋਸੀਡਿੰਗ ਹੋਣੀ ਹੈ ਠੀਕ ਹੈ ਮੈਂ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਅਸੀਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਨੂੰ ਕੋਈ ਗੁੰਮਰਾਹ ਤਾਂ ਨਹੀਂ ਕਰ ਰਿਹਾ ਜੋ ਤੁਹਾਨੂੰ ਕੋਈ ਗੁੰਮਰਾਹ ਕਰਦਾ ਤਾਂ ਫਿਰ ਸਵਾਲ ਪੁੱਛਣੇ ਪੈਂਦੇ ਆ ਜੇ ਅਸੀਂ ਸਵਾਲ ਨਹੀਂ ਪੁੱਛਾਂਗੇ ਫਿਰ ਤੁਹਾਨੂੰ ਤਾਂ ਇਹ ਗੁੰਮਰਾਹ ਕਰੀ ਜਾਂਦੇ ਹੈਗੇ ਆ ਇਸੇ ਕਰਕੇ ਹੁਣ ਇਹ ਸਵਾਲ ਆ ਗਿਆ ਜਦੋਂ ਬਹਿਸ ਲਾਈਵ ਕਿਉਂ ਨਹੀਂ ਹੋ ਸਕਦੀ ਇਸ ਸਵਾਲ ਦੇ ਵਿਚਾਲੇ ਕਾਨੂੰਨੀ ਪਹਿਲੂ ਦੀ ਵੀ ਅਸੀਂ ਗੱਲ ਕਰ ਰਹੇ ਹੈਗੇ ਆ ਕਾਨੂੰਨ ਇਸ ਮਾਮਲੇ ਦੇ ਵਿੱਚ ਕਿੰਨਾ ਦਖਲ ਦੇ ਸਕਦਾ ਜਾਂ ਸਪੀਕਰ ਸਾਹਿਬ ਦਾ ਇਹ ਆਪਦਾ ਹੌਲੀ ਸੌਲੀ ਸਾਰਾ ਫੈਸਲਾ ਹੋਵੇਗਾ ਸਰਕਾਰ ਉਹਦੇ ਵਿੱਚ ਕੀ ਭੂਮਿਕਾ ਨਿਭਾ ਸਕਦੀ ਹੈ ਵਿਰੋਧੀ ਕੀ ਭੂਮਿਕਾ ਨਿਭਾ ਸਕਦੇ ਹੈਗੇ ਆ ਉਹ ਸਭ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਚਾਹੀਦੀਆਂ ਇਸ ਕਰਕੇ ਅਸੀਂ ਬਹਿਸ ਕਰ ਰਹੇ ਹਾਂ ਬਹਿਸ ਲਾਈਵ ਕਿਉਂ ਨਹੀਂ ਬ੍ਰੇਕ ਤੋਂ ਵਾਪਸ ਆ ਰਿਹਾ ਅਤੇ ਅਸੀਂ ਸਵਾਲ ਕਿਉਂ ਪੁੱਛ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਹੋਣ 'ਤੇ ਕਿਹੜੇ VIP ਨੂੰ ਖਤਰਾ ਹੈਗਾ ਮਾਲੀ ਸਾਹਿਬ ਇੱਕ ਜਿਹੜੇ ਰਾਜ ਸਭਾ ਦੇ ਉਪ ਸਭਾਪਤੀ PJ ਕੁਰੀਅਨ ਇਹ ਉਹਨਾਂ ਨੇ ਕਦੇ ਚਾਹਿਆ ਸੀਗਾ ਅਤੇ ਉਹ ਡਿਟੇਲ ਵੀ ਥੋੜ੍ਹੀ ਛਪੀ ਹੈਗੀ ਹੈ ਮੈਂ ਉਸਦਾ ਹਵਾਲਾ ਦੇ ਰਿਹਾ ਕਿ ਸੰਸਦ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਸਦਨ ਦੀ ਇਮੇਜ ਖਰਾਬ ਹੁੰਦੀ ਹੈ ਛਵੀ ਖਰਾਬ ਹੁੰਦੀ ਹੈ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਨਹੀਂ ਦੇਖੋ ਉਹ ਤਾਂ ਇਹ ਹੈ ਨਾ ਜਿਵੇਂ ਆਪਣੀ ਪੰਜਾਬੀ ਦੀ ਕਹਾਵਤ ਆ ਜਿਹੀ ਜੀ ਕੋਕੋ ਇਹੋ ਜਿਹੀ ਕੋਕੋ ਦੇ ਬੱਚੇ ਜੇ ਉਮੀਦਵਾਰਾਂ ਦੀ ਪਾਰਟੀ ਸਿਲੈਕਸ਼ਨ ਕਿਵੇਂ ਕਰਦੀ ਆ ਲੋਕਾਂ ਨੂੰ ਕਿੰਨੀ ਕੁ ਜਾਗਰੂਕ ਚੇਤਨਾ ਉਹ ਕਿਹੋ ਜਿਹੇ ਬੰਦਿਆਂ ਨੂੰ ਚੁਣਦੇ ਨੇ ਉਹਦੇ ਆਧਾਰ 'ਤੇ ਉਹ ਬੰਦੇ ਉੱਥੇ ਜਾ ਕੇ ਆਪਦਾ ਕਿਹੋ ਜਿਹਾ ਰੋਲ ਨਿਭਾਉਂਦੇ ਨੇ ਇਹ ਇਕੱਲੀ ਪਾਰਲੀਮੈਂਟ ਦੀ ਬੇਇੱਜ਼ਤੀ ਨਹੀਂ ਇਹਦਾ ਮਤਲਬ ਜਿਹੜਾ ਤੁਹਾਡਾ ਤੰਤਰ ਉਹਦੇ ਵਿੱਚ ਕਿਤੇ ਵੱਡੇ ਨੁਕਸ ਨੇ ਜਿਹਦੇ ਵਿੱਚ ਸਿਆਸੀ ਪਾਰਟੀਆਂ ਵੀ ਵੱਡੇ ਪੱਧਰ 'ਤੇ ਜ਼ਿੰਮੇਵਾਰ ਨੇ ਜਿਹਦੇ ਵਿੱਚ ਲੋਕ ਵੀ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਜ਼ਿੰਮੇਵਾਰ ਨੇ ਵੀ ਕਿ ਉਹ ਮਤਲਬ ਗੁਣ ਦੋਸ਼ ਦੇ ਆਧਾਰ 'ਤੇ ਜਾਂ ਨੀਤੀਆਂ ਪ੍ਰੋਗਰਾਮ ਦੇ ਆਧਾਰ 'ਤੇ ਮੁੱਦਿਆਂ ਦੇ ਆਧਾਰ 'ਤੇ ਚੁਣਨ ਦੀ ਥਾਂ ਉਹ ਹੋਰ ਗੱਲਾਂ ਨੂੰ ਤਰਜੀਹ ਦੇ ਦਿੰਦੇ ਨੇ ਇਸ ਕਰਕੇ ਇਹ ਕੋਈ ਸਦਨ ਦੀ ਮਾਣਹਾਨੀ ਨਹੀਂ ਕੋਈ ਤੋਹੀਨ ਨਹੀਂ ਸਗੋਂ ਇਹ ਏਜੰਡਾ ਸਾਹਮਣੇ ਆਉਂਦਾ ਵੀ ਇੱਥੇ ਹੋਏ ਚੁਣੇ ਜਿਹੜੇ ਆ ਰਹੇ ਨੇ ਨੁਮਾਇੰਦੇ ਉਹਨਾਂ ਦਾ ਕਿਰਦਾਰ ਉਹਨਾਂ ਦੀ ਪੋਲੀਟੀਕਲ ਕਪੈਸਿਟੀ ਉਹਨਾਂ ਦੀ ਵਿਹਾਰ ਆ ਜਿਹੜੀ ਉਹਨੂੰ ਉੱਚਾ ਚੱਕਣ ਦੀ ਲੋੜ ਆ ਪਾਰਟੀਆਂ ਦੇ ਪੱਧਰ 'ਤੇ ਵੀ ਲੋਕਾਂ ਦੇ ਪੱਧਰ 'ਤੇ ਵੀ ਅਤੇ ਪਾਰਲੀਮੈਂਟ ਵੱਲੋਂ ਜਾਂ ਵਿਧਾਨ ਸਭਾ ਵੱਲੋਂ ਜਿਵੇਂ ਟ੍ਰੇਨਿੰਗ ਕੈਂਪ ਲਏ ਜਾਂਦੇ ਹੁੰਦੇ ਆ ਸਾਰੀਆਂ ਗੱਲਾਂ ਬਾਰੇ ਸਾਰੇ ਪੱਖੋਂ ਉਹਨਾਂ ਨੂੰ ਯਤਨ ਕਰਕੇ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਜਦੋਂ ਇਹ ਸਿਆਸਤ ਵਿੱਚ ਪੁੱਜਦੇ ਸੀ ਇਹਨਾਂ ਨੇ ਕਿਹਾ ਸੀ ਅਸੀਂ ਸਿਆਸਤ ਨੂੰ ਬਦਲਣ ਆਏ ਹਾਂ ਅਤੇ ਆਮ ਆਦਮੀ ਪਾਰਟੀ ਦੇ ਇਸ ਕਦਮ ਨੂੰ ਪੋਜ਼ਿਟਿਵ ਨਜ਼ਰੀਏ ਨਾਲ ਦੇਖਣਾ ਚਾਹੀਦਾ ਆਮ ਆਦਮੀ ਪਾਰਟੀ ਬਾਰੇ ਦੇਖੋ ਮੈਂ ਬੜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਜਿਹੜੇ ਅਸੂਲ ਉਭਾਰੇ ਸੀ ਸਭ ਤੋਂ ਵੱਧ ਰਗੜਾ ਇਹਨਾਂ ਨੇ ਉਹਨੂੰ ਲਾਇਆ ਸਭ ਤੋਂ ਵੱਧ ਉਹਦੀ ਤੁਹੀਨ ਇਹਨਾਂ ਨੇ ਕੀਤੀ ਆ ਚਾਹੇ ਪਾਰਦਰਸ਼ਤਾ ਦੀ ਗੱਲ ਲੈ ਲਓ ਜਵਾਬਦੇਹੀ ਦੀ ਗੱਲ ਲੈ ਲਓ ਤੁਸੀਂ ਮਤਲਬ ਇਸ ਪੱਖੋਂ ਜਦੋਂ ਮੈਂ ਦੇਖਦਾ ਵੀ ਆਮ ਆਦਮੀ ਪਾਰਟੀ ਆ ਯੂਜ਼ ਅੱਗੇ ਲੰਘੋ ਆਹ ਇਸ਼ੂ ਉਹਨਾਂ ਨੂੰ ਲੱਗਿਆ ਉਹਨਾਂ ਨੇ ਚੱਕ ਲਿਆ ਵੀ ਇਹ ਠੀਕ ਹੈ ਹੋਣਾ ਇਹ ਮਸਲਾ ਹੱਲ ਹੋਊ ਹੱਲ ਕਿਵੇਂ ਹੋਊ ਕਿਵੇਂ ਦਿਖਾਉਣਾ ਕੀ ਦਿਖਾਉਣਾ ਉਹ ਟੈਕਨੀਕਲਟੀਜ਼ ਪੂਰੀਆਂ ਹੋ ਜਾਣਗੀਆਂ ਪਰ ਆਮ ਆਦਮੀ ਪਾਰਟੀ ਦੀ ਸ਼ਹਿਰਤਾ ਬਾਰੇ ਮੈਨੂੰ ਬਹੁਤ ਗੰਭੀਰ ਸ਼ੱਕ ਨੇ ਨਾ ਫੰਡਾਂ ਦੀ ਪਾਰਦਰਸ਼ਤਾ ਨਾ ਕਿਸੇ ਮੀਟਿੰਗ ਦੀ ਪਾਰਦਰਸ਼ਤਾ ਨਾ ਆਗੂਆਂ ਦੇ ਚੁਣਨ ਦੀ ਪਾਰਦਰਸ਼ਤਾ ਪੰਜਾਬ ਦੇ ਵਿੱਚ ਕੋਈ ਵੀ ਢਾਂਚਾ ਸੰਵਿਧਾਨ ਅਨੁਸਾਰ ਨਹੀਂ ਬਣਾਇਆ ਈਵਨ ਕੋਰ ਕਮੇਟੀ ਵੀ ਸੰਵਿਧਾਨ ਅਨੁਸਾਰ ਨਹੀਂ ਸੋ ਇਹ ਤਾਂ ਵਨ ਮੈਨ ਆਰਮੀ ਆ ਇਸ ਕਰਕੇ ਇਹ ਮਤਲਬ ਕਿਹੜਾ ਕੰਮ ਕਦੋਂ ਫਿੱਟ ਪੈਂਦਾ ਕਦੋਂ ਚੱਕ ਲੈਣਾ ਤੇ ਕਿਵੇਂ ਭੁਲਾ ਦੇਣਾ ਉਹ ਕੰਮ ਇਹਨਾਂ ਦਾ ਬਾਠ ਸਾਹਿਬ ਇੱਕ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਇਹ TV ਚੈਨਲਸ ਨੂੰ ਵੀ ਅਧਿਕਾਰ ਹੈਗਾ ਉਹਨਾਂ ਨੇ ਡਿਬੇਟ ਦਿਖਾਉਣੀ ਹੈ ਬਹਿਸ ਦਿਖਾਉਣੀ ਹੈ ਕਾਰਵਾਈ ਦਿਖਾਉਣੀ ਜਾਂ ਨਹੀਂ ਦਿਖਾਉਣੀ
ਕਿੰਨੀ ਦਿਖਾਉਣੀ ਆ, ਤੁਸੀਂ ਇਹ ਵੀ ਗੱਲ ਕਹਿ ਰਹੇ ਸੀਗੇ। ਇੱਕ ਤੁਸੀਂ ਇਹ ਵੀ ਗੱਲ ਕਹੀ ਸੀ ਵੀ ਦਿਖਾਉਣੀ ਹੈ ਜਾਂ ਨਹੀਂ ਦਿਖਾਉਣੀ ਹੈਗੀ ਆ, ਜੇ ਫ੍ਰੀ ਫੀਡ ਮਿਲਦੀ ਵੀ ਹੈਗੀ ਆ ਉਹ ਲਾਈਵ ਦਿਖਾ ਸਕਦੇ ਨਹੀਂ ਦਿਖਾ ਸਕਦੇ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਵਾਬ ਵੀ ਤੁਸੀਂ ਦੇ ਦਿਓ ਕੇਪੀ ਸਿੰਘ ਜੀ। ਜੇ ਲਾਈਵ ਦਿਖਾਉਂਦੇ ਆ ਵਿਧਾਨ ਸਭਾ ਦੀ ਕਾਰਵਾਈ, ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਤੁਹਾਡੀ ਜ਼ਰੂਰਤ ਹੈਗੀ ਉਸ ਨੂੰ ਅਸੀਂ ਇਨ ਬਿਨ ਦਿਖਾਈਏ, ਅਸੀਂ ਵਾਅਦਾ ਕਰਦੇ ਹਾਂ ਇਸ ਮੰਚ 'ਤੇ ਬੈਠੇ। ਬੋਲੋ ਜੀ ਬਾਟ। ਬਿਲਕੁਲ ਠੀਕ ਹੈ ਜੀ ਕੇਪੀ ਸਿੰਘ ਜੀ, ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਲਾਈਵ ਹੁੰਦੀ ਹੈ ਨਾ, ਉਹ ਸਾਰੇ ਚੈਨਲਸ ਨੂੰ, ਅਫੀਸ਼ੀਅਲ ਜਿਹੜੇ ਆ ਲੋਕ ਸਭਾ ਚੈਨਲ ਆ, ਰਾਜ ਸਭਾ ਚੈਨਲ ਆ, ਪਰ ਉਹ ਸਾਰੇ ਚੈਨਲ ਜਿਹੜੇ ਆ ਉਹ ਉਹਨਾਂ ਤੋਂ ਫੀਡਬੈਕ ਲੈ ਕੇ ਫ੍ਰੀ ਆਫ ਕੋਸਟ ਦਿਖਾਉਂਦੇ ਆ, ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ, ਉਹਨਾਂ ਨੇ ਸਿਰਫ ਇਹ ਲਿਖਿਆ ਹੁੰਦਾ ਅਸੀਂ ਦਿਖਾ ਸਕਦੇ ਹਾਂ, ਸਾਡੇ ਕੋਲ ਕੋਈ ਦਿੱਕਤ ਨਹੀਂ ਹੈਗੀ ਨਾ, ਬਿਲਕੁਲ ਦਿਖਾ ਸਕਦੇ। ਉਹਦੇ ਉੱਤੇ ਸਿਰਫ ਉੱਪਰ ਲਿਖਿਆ ਹੁੰਦਾ ਲੋਗੋ ਦੇ ਵਿੱਚ ਵਿਦ ਥੈਂਕਸ ਟੂ ਲੋਕ ਸਭਾ ਜਾਂ ਵਿਦ ਥੈਂਕਸ ਕਰਸੀ ਦੇਣੀ ਪੈਂਦੀ ਹੈ, ਕਰਸੀ ਵਿਦ ਕਰਸੀ ਉਹ ਲਿਖਣਾ ਪੈਂਦਾ, ਸੁਜਾਨਿਆ ਹਿੰਦੀ ਜਿਹਨੂੰ ਕਹਿੰਦੇ ਆ, ਹਾਂਜੀ, ਤੇ ਸਿਰਫ ਇਹਦੇ ਵਿੱਚ। ਇਸ ਕਰਕੇ ਜੇ ਪੰਜਾਬ ਦੇ ਵਿੱਚ ਵੀ ਤੁਸੀਂ ਦਿਖਾਉਣਾ ਨਾ, ਤੇ ਪੰਜਾਬ ਦੇ ਵਿੱਚ ਸਾਰਾ ਜਿਹੜੀ ਕਾਰਵਾਈ ਹੈ ਤੁਸੀਂ ਕਿਸੇ ਵੀ ਟੀਵੀ ਚੈਨਲ ਨੂੰ ਕੰਪੈਲ ਨਹੀਂ ਕਰ ਸਕਦੇ, ਪਰ ਉਹਦੇ ਆਲਟਰਨੇਟ ਹੈ, ਜਿਵੇਂ ਮਿੱਤਲ ਜੀ ਨੇ ਦੱਸਿਆ ਨਾ, ਉਹਦੇ ਆਲਟਰਨੇਟ ਹੈ ਕਿ ਤੁਸੀਂ ਜਿਹੜਾ ਵਾ ਆਪਣਾ ਯੂਟਿਊਬ ਦੇ ਉੱਤੇ ਚੈਨਲ ਬਣਾ ਸਕਦੇ ਹੋ, ਪੰਜਾਬ ਗਵਰਨਮੈਂਟ ਜਿਹੜੀ ਹੈ ਜਾਂ ਸਪੀਕਰ ਸਾਹਿਬ ਜਿਹੜੇ ਆ, ਤੁਸੀਂ ਜਿਹੜਾ ਵਾ ਫੇਸਬੁੱਕ ਦੇ ਉੱਤੇ ਲਾਈਵ ਚੈਨਲ ਬਣਾ ਸਕਦੇ ਹੋ। ਅੱਜ ਕੱਲ੍ਹ ਜਿਹੜੇ ਆ ਹਿਊਜ ਲੋਕ ਜਿਹੜੇ ਇਸ ਨੂੰ ਵਰਤਦੇ ਆ, ਔਰ ਬਾਕੀ ਤੁਸੀਂ ਟੀਵੀਜ਼ ਬਾਕੀ ਚੈਨਲ ਜਿਹੜੇ ਆ ਉਹਨਾਂ ਨੂੰ ਵੀ ਕਹਿ ਦਿਓ ਵੀ ਭਾਈ ਤੁਸੀਂ ਇਹਨਾਂ ਤੋਂ ਜਿਹੜੇ ਫੀਡਬੈਕ ਲੈ ਲਓ, ਇੱਕ ਉੱਥੇ ਅਫੀਸ਼ੀਅਲ ਕੈਮਰਾ ਸਾਰੇ ਤੁਸੀਂ ਲੈ ਕੇ ਚਲਾਓ, ਤੁਸੀਂ ਇਹਦੇ ਵਿੱਚ ਤਾਂ ਬਹੁਤ ਫਾਇਦਾ ਹੋਏਗਾ। ਤੁਸੀਂ ਇੱਕ ਚੀਜ਼ ਸਾਫ਼ ਨਹੀਂ ਕੀਤੀ ਕਿ ਤੁਸੀਂ ਲਾਈਵ ਦਿਖਾਉਣਾ ਕਿੱਥੇ ਚੁਣਿਆ। ਦੇਖੋ ਸਾਡੀ ਜਿਹੜੀ, ਦੇਖੋ ਜਿਹੜਾ ਤੁਹਾਡਾ ਟੌਪਿਕ ਆ, ਤੁਸੀਂ ਲਿਖਿਆ ਇਕੱਲਾ ਬਹਿਸ ਬਾਰੇ, ਜਿਹੜੀ ਸਾਡੀ ਡਿਮਾਂਡ ਆ ਸਾਡਾ ਹੈਗਾ ਕਿ ਵਿਧਾਨ ਸਭਾ ਦਾ ਹਰ ਸੈਸ਼ਨ ਲਾਈਵ ਕੀਤਾ ਜਾਵੇ। ਜਦੋਂ ਪਿਛਲੀ ਵਾਰ ਬਰਗਾੜੀ ਦਾ, ਮੈਂ ਉਹੀ ਪੁੱਛ ਰਿਹਾ ਸੀ ਕਿੱਥੇ ਦਿਖਾਉਣਾ ਚਾਹੁੰਦੇ ਹੋ ਤੁਸੀਂ, ਦਿਖਾਉਣਾ ਕਿੱਥੇ ਚਾਹੁੰਦੇ ਹੋ, ਸੋਸ਼ਲ ਮੀਡੀਆ ਤੇ? ਨਹੀਂ ਨਹੀਂ, ਅਸੀਂ ਕਹਿੰਦੇ ਪ੍ਰਿੰਟ ਮੀਡੀਆ ਨੂੰ ਐਕਸੈਸ ਹੋਣਾ ਚਾਹੀਦਾ, ਇਲੈਕਟ੍ਰੋਨਿਕ ਮੀਡੀਆ ਨੂੰ ਐਕਸੈਸ ਹੋਣਾ ਚਾਹੀਦਾ, ਸਾਡੀ ਡਿਮਾਂਡ ਇਹ ਆ, ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਦੇਖ ਸਕਣ ਜਦੋਂ ਬਰਗਾੜੀ ਦਾ ਜਿਹੜਾ ਇਸ਼ੂ ਪਿੱਛੇ ਬਰਗਾੜੀ ਟੀਵੀ ਤੇ ਦਿਖਾਉਣਾ ਚਾਹੁੰਦੇ ਹੋ ਤੁਸੀਂ? ਨਹੀਂ, ਬਿਲਕੁਲ ਟੀਵੀ ਤੇ ਦੇਖਣਗੇ ਲੋਕ, ਵੈਬਕਾਸਟ ਤਾਂ ਨਹੀਂ ਚਾਹੁੰਦੇ ਨਾ? ਨਹੀਂ ਨਹੀਂ, ਵੈਬ ਸਾਰੇ ਚੈਨਲ ਹੀ, ਸਾਰੇ ਜਿੰਨੇ ਵੀ ਚੈਨਲ ਸੋਰਸਸ ਹੈਗੇ ਨੇ ਸਾਰੇ ਵੈਬਕਾਸਟ ਤੇ ਟੈਲੀਵਿਜ਼ਨ ਤੇ ਚਲਾਉਣਾ, ਦੋਜੇ ਬਹੁਤ ਫਰਕ ਹੈਗਾ। ਇਲੈਕਟ੍ਰੋਨਿਕ ਮੀਡੀਆ ਸਾਰਾ ਹੈਗਾ ਉਹਦੇ ਚ ਕਵਰ ਹੁੰਦਾ, ਉਹ ਸਾਰੇ ਇਲੈਕਟ੍ਰੋਨਿਕ ਮੀਡੀਆ, ਦੇਖੋ ਜਿਹੜੇ ਪੰਜਾਬ ਦੇ ਲੋਕਾਂ ਦੀ ਜ਼ਿਆਦਾ ਐਕਸੈਸ ਹੈਗੀ ਆ ਉਹ ਇਲੈਕਟ੍ਰੋਨਿਕ ਮੀਡੀਆ ਤੱਕ ਆ, ਵੈਬ ਚੈਨਲ ਦਾ ਹਜੇ ਆਪਣੇ ਮੇਰੇ ਖਿਆਲ ਪੰਜਾਬ ਚ ਉਹਨਾਂ ਟ੍ਰੈਂਡ ਨਹੀਂ ਹੈਗਾ ਜਿੰਨਾ ਦਿੱਲੀ ਵਰਗਾ। ਫਿਰ ਤੁਸੀਂ ਇਹ ਚੀਜ਼ ਕਲੀਅਰ ਕਰੋ ਨਾ, ਅਸੀਂ ਟੀਵੀ ਤੇ ਦਿਖਾਉਣਾ ਚਾਹੁੰਦੇ ਹਾਂ, ਟੀਵੀ ਤੇ ਅਸੀਂ ਕਹਿ ਰਹੇ ਹਾਂ, ਇਸ ਤੋਂ ਬਾਰ-ਬਾਰ ਕਹਿ ਰਹੇ ਹਾਂ ਟੀਵੀ ਤੇ, ਟੀਵੀ ਦੇ ਜ਼ਰੀਏ ਲੋਕ ਦੇਖ ਸਕਣ। ਜਦੋਂ ਬਰਗਾੜੀ ਦਾ ਇਸ਼ੂ ਚੱਲਿਆ ਪਿਛਲੀ ਵਾਰ ਬਹਿਸ ਹੋਈ ਆ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਦੀ ਡਿਮਾਂਡ ਸੀਗੀ, ਯਾਨੀ ਕਿ ਦਿੱਲੀ ਮਾਡਲ ਦੀ ਗੱਲ ਨਹੀਂ ਨਾ ਕਰ ਰਹੇ ਤੁਸੀਂ? ਨਹੀਂ ਦਿੱਲੀ ਮਾਡਲ, ਦੇਖੋ ਕਨਸੈਪਟ, ਇਸ ਮਾਮਲੇ ਵਿੱਚ ਦਿੱਲੀ ਮਾਡਲ ਦੀ ਗੱਲ ਤਾਂ ਨਹੀਂ ਕਰ ਰਹੇ ਨਾ, ਤੁਸੀਂ ਇਹ ਗੱਲ ਸਮਝ ਲਓ ਕਿ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਕਿਸੇ ਟੀਵੀ ਨੂੰ, ਪੀਟੀਸੀ ਨੂੰ, ਜਾਂ ਦੂਸਰੇ ਨੂੰ। ਦੇਖੋ ਸਰਕਾਰ, ਦੇਖੋ ਗੱਲ ਇਹ ਆ, ਤੁਸੀਂ ਜ਼ਰੂਰ ਜਿਹੜਾ ਵਾ ਇਹਨੂੰ ਮੈਂ WhatsApp ਗੱਲ ਇਹ ਆ, ਦੇਖੋ ਗੱਲ ਮੈਂ ਦੱਸਦਾ ਜਦੋਂ ਇਹ ਇਸ਼ੂ ਡਿਸਾਈਡ ਹੋ ਗਿਆ, ਪਹਿਲਾਂ ਸਰਕਾਰ ਦੀ ਇੰਟੈਂਸ਼ਨ ਹੀ ਅਜੇ ਕਲੀਅਰ ਨਹੀਂ ਹੋ ਰਹੀ। ਜਦੋਂ ਸਰਕਾਰ ਦੀ ਇੰਟੈਂਸ਼ਨ ਇਹ ਤੇ ਕਲੀਅਰ ਹੋ ਗਈ, ਸਰਕਾਰ ਨੇ ਕੋਈ ਚਲੋ ਮੈਂ ਸਵਾਲ ਹੋਰ ਕਰ ਦਵਾਂ, ਵੈਸੇ ਮੇਰੇ ਸਵਾਲ ਦਾ ਹੱਕ ਤਾਂ ਨਹੀਂ ਹੈਗਾ ਗੁਰਿੰਦਰ ਮਿੱਤਲ। ਹਾਂਜੀ ਹਾਂਜੀ, ਹੁਣ ਜੋ ਸਰਕਾਰ ਕੋਲੇ ਖਜ਼ਾਨਾ ਨਹੀਂ ਹੈਗਾ ਗਾ, ਸਰਕਾਰ ਵਾਰ-ਵਾਰ ਕਹਿੰਦੀ ਹੈ, ਤੁਸੀਂ ਸਾਰੇ ਵਿਧਾਨ ਘਰ ਰਲ ਕੇ ਇਹੋ ਜਿਹਾ ਫੰਡ ਜਨਰੇਟ ਕਰ ਦਿਓ ਕਿ ਟੀਵੀ ਤੇ ਡਿਬੇਟ ਹੈ ਜਾਂ ਟੀਵੀ ਤੇ ਕਾਰਵਾਈ ਦਿਖਾਈ ਜਾ ਸਕੇ, ਤੁਸੀਂ ਸਾਰੇ ਵਿਧਾਇਕ ਸਹਿਮਤ ਹੋ ਜਾਓਗੇ, ਆਪਦੀਆਂ ਭੱਤਿਆਂ ਦੇ ਵਿੱਚੋਂ, ਆਪਦੀਆਂ ਤਨਖਾਹਾਂ ਦੇ ਵਿੱਚੋਂ ਇੰਨੇ ਕੁ ਪੈਸੇ ਕਟਾਓ ਕਿ ਟੀਵੀ ਚੈਨਲ ਜੋਗੇ ਉਹ ਪੈਸੇ ਪੂਰੇ ਹੋ ਜਾਣ। ਹੋ ਸਕਦਾ ਦੇਖੋ ਸਰਕਾਰ ਜੇ ਅਗਰ ਇਨੀਸ਼ੀਏਟਿਵ ਕੋਈ ਵੀ ਲਵੇਗੀ, ਜਿੱਦਾਂ ਸਰਕਾਰ ਨੂੰ ਠੀਕ ਲੱਗੇਗਾ, ਸਾਡੇ ਵਿਧਾਇਕ ਉਹਦੇ 'ਚ ਬਣਦਾ ਆਪਣਾ ਯੋਗਦਾਨ ਜ਼ਰੂਰ ਪਾਉਣਗੇ। ਦੂਜੀ ਗੱਲ ਜਿਹੜੀ ਸਰਕਾਰ ਤਾਂ ਸਿੱਧਾ ਕਹਿੰਦੀ ਸਾਡੇ ਕੋਲ ਖਜ਼ਾਨਾ ਹੈ ਨਹੀਂ, ਉਹਨਾਂ ਫਿਰ ਕਹਿ ਦੇਣਾ ਸਰਕਾਰ ਕਹਿ ਕੇ ਇਹ ਗੱਲ ਨੂੰ ਕਹਿ ਦੇਵੇ ਕਿ ਅਗਰ ਤੁਸੀਂ ਇੱਦਾਂ ਦਾ ਸਾਡੇ ਕੋਲ ਇੱਕ ਫੰਡ ਜਨਰੇਟ ਕਰ ਲਓ ਸਾਰੇ ਵਿਧਾਇਕ 117 ਮਿਲ ਕੇ, ਤਾਂ ਉਹਦੇ 'ਚ ਆਮ ਆਦਮੀ ਪਾਰਟੀ ਜਿਹੜੇ ਵਿਧਾਇਕ ਨੇ ਉਹ ਪੋਜ਼ਿਟਿਵ ਰੋਲ ਅਦਾ ਕਰਨਗੇ, ਅਸੀਂ ਭੱਜਾਂਗੇ ਨਹੀਂ ਕਿਸੇ ਗੱਲ ਦਾ। ਸਰਕਾਰ ਨੇ ਤਾਂ ਕਿਹਾ ਹੋਇਆ ਜਿਹੜੇ ਵਿਧਾਇਕ ਨੇ ਆਪਦਾ ਇਨਕਮ ਟੈਕਸ ਆਪਦੀ ਇਨੀਸ਼ੀਏਟਿਵ ਤੇ ਆਪ ਭਰ ਲੱਗਣ ਜਾਣ ਕੇ
ਕਿ ਪੁੱਠਾ ਅਪਣਾਇਆ ਵੀ ਇੰਨੇ ਨੂੰ ਜਿਹੜਾ ਹੈਗਾ ਵਿਧਾਨ ਸਭਾ ਦਾ ਬਜਟ ਸੈਸ਼ਨ ਨਿਕਲ ਜੂਗਾ ਵੀ ਇੰਨੇ ਨੂੰ ਜਿਹੜਾ ਜਿੰਨੇ ਨੂੰ ਸਪੀਕਰ ਸਾਹਿਬ ਆਰਡਰ ਦੇਣਗੇ ਉਹਦੇ ਬਾਅਦ ਸਾਨੂੰ ਟਾਈਮ ਮਿਲ ਜੂਗਾ। ਇਹ ਪੁੱਠੇ ਚੱਲਦੇ ਪਏ ਮਿੱਤਲ ਸਾਹਿਬ, ਮੈਂ ਇੱਕ ਮਿੰਟ ਇਹ ਪੁੱਠੇ ਨਹੀਂ ਸਾਹਿਬ, ਇਹ ਪੁੱਠੇ ਚੱਲਦੇ ਪਏ। ਹਾਂਜੀ, ਤੁਸੀਂ ਤਾਂ ਸਿੱਧੇ ਚੱਲ ਪੈਂਦੇ। ਨਹੀਂ ਨਹੀਂ ਅਸੀਂ ਤੁਹਾਨੂੰ ਤਾਂ ਪਤਾ ਇਹ ਤਾਂ ਨਵੇਂ ਆਏ ਆ, ਦੇਖੋ ਇਹਨਾਂ ਤੋਂ ਪਤਾ ਨਹੀਂ ਇਹ ਸਿੱਧਾ ਚੱਲਣਾ ਕਿਵੇਂ ਆ। ਦੇਖੋ ਤੁਸੀਂ ਤਾਂ 98 ਸਾਲ ਪੁਰਾਣੀ ਪਾਰਟੀ ਹੋ ਧਾਰਨੀ ਸਾਹਿਬ, ਮੈਂ ਕਹਿੰਦਾ ਠੀਕ ਹੈ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੂਜੇ ਨੰਬਰ ਤੇ ਤੁਹਾਡੀ, ਸਾਡੇ ਪਾਰਟ ਤੇ ਗਲਤੀ ਹੋਈ ਵੀ ਆ ਮੰਨ ਲਿਆ ਮੈਂ, ਪਰ ਅਸੀਂ ਇਹ ਗੱਲ ਕਹਿੰਦੇ ਵੀ ਇਹ ਹੋਣਾ ਚਾਹੀਦਾ। ਔਰ ਦੂਜੀ ਗੱਲ, ਤੁਸੀਂ ਆਮ ਆਦਮੀ ਪਾਰਟੀ ਨਾਲ ਇਸ ਮੁੱਦੇ ਤੇ, ਅਸੀਂ ਆਪਣੇ ਲੈਵਲ ਤੇ ਨਾਲ ਹੈ ਵੀ ਅਸੀਂ ਵੀ ਤੁਹਾਡਾ ਮੁੱਦਾ ਚੁੱਕਿਆ ਨਹੀਂ। ਨਹੀਂ ਨਹੀਂ ਅਸੀਂ ਚੱਕਾਂਗੇ ਹੁਣ, ਹੁਣ ਚੱਕਾਂਗੇ ਬਿਲਕੁਲ। ਦੇਖੋ ਅਸੀਂ ਜਦੋਂ ਸਪੀਕਰ ਸਾਹਿਬ ਪੁੱਛਣਗੇ ਇਹਦੇ ਬਾਰੇ ਚ ਬਹਿਸ ਤਾਂ ਹੋਊਗੀ ਨਾ, ਅਸੀਂ ਕਹਾਂਗੇ ਬਿਲਕੁਲ ਲਾਈਵ ਹੋਣਾ ਚਾਹੀਦਾ, ਲਾ ਸਕਦੇ ਆ, ਜ਼ੀਰੋ ਆਵਰ ਹੁੰਦਾ, ਜ਼ੀਰੋ ਆਵਰ ਦੇ ਵਿੱਚ ਤੁਸੀਂ ਬੋਲ ਸਕਦੇ ਹੋ। ਦੂਜੀ ਗੱਲ, ਮੈਂ ਟੈਨਸ਼ਨ ਮੋਸ਼ਨ ਲਿਆ ਸਕਦੇ ਹੋ, ਚਲੋ ਫਟਾਫਟ ਗੱਲ ਪੂਰੀ ਕਰੋ, ਹੁਣ ਆਪਣਾ ਸੈਸ਼ਨ ਖਤਮ ਹੋਣਾ। ਮੈਂ ਇਹ ਕਹਿੰਦਾ ਕਿ ਜਿਹੜੀ ਇਹ ਗੱਲ ਕਰਦੇ ਆ ਨਾ ਵੈਬ ਕੈਮਰਿਆਂ ਤੇ ਜਾਂ ਫਲਾਣਾ ਟਿਮਕਾ, ਦੇਖੋ ਇਹ ਤਾਂ ਪਰਮਾਨੈਂਟ ਕੈਮਰੇ ਲੱਗਣੇ ਚਾਹੀਦੇ ਆ, ਤਾਂ ਕਿ ਜਿਹੜੀ ਛੋਟੀ ਤੋਂ ਛੋਟੀ ਗੱਲ ਵੀ ਹੈਗੀ ਆ ਕਿਸੇ ਬੰਦੇ ਦੀ ਲੈਂਗੁਏਜ ਜਾਂ ਉਸ ਦੀ ਚੱਲਣ ਫਿਰਨ ਦੀ ਲੈਂਗੁਏਜ, ਸਾਰਾ ਕੁਛ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਲੀਅਰ ਹੋਣਾ ਚਾਹੀਦਾ ਕਿ ਸਾਲ ਦੇ ਵਿੱਚ ਤਨਖਾਹ ਉਹ ਸਾਰਾ ਸਾਲ ਲੈਂਦੇ ਆ, ਔਰ ਜਿਹੜਾ ਕੰਮ ਉਹ ਡੇਢ ਦਿਨ ਕਰਦੇ ਆ, ਬਾਕੀ ਦਿਨ ਉਹ ਜਾਂ ਵਿਆਹ ਜਾਂ ਭੋਗ ਜਾਂ ਮੰਗਣੇ ਆ ਇਹ ਅਟੈਂਡ ਕਰਦੇ ਆ, ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਵਧੀਆ ਗੱਲ ਤੁਸੀਂ ਕੀਤੀ, ਇਮਾਨਦਾਰੀ ਨਾਲ ਗੱਲ ਮੰਨੀ। ਬਿਲਕੁਲ ਦੇਖੋ ਸਹਿ ਸਾਹਿਬ, ਸਹਿ ਸਾਹਿਬ, ਹਾਇਰੀ ਵੀ ਪਤਾ ਲੱਗ ਜਾ ਕਰੂਗੀ ਕਿਹੜਾ ਐਮਐਲਏ ਉੱਥੇ ਜਾਂਦਾ ਕਿਹੜਾ ਨਹੀਂ ਜਾਂਦਾ, ਪਤਾ ਵੀ ਲੱਗ ਜਾ ਕਰੂਗਾ ਵੀ ਸਰਕਾਰ ਆ ਜਿਹੜੀ ਉਹ ਸਵਾਲ ਪੁੱਛਣ ਦਿੰਦੀ ਕਿ ਨਹੀਂ ਦਿੰਦੀ, ਕਿ ਕਿੰਨੇ ਸਵਾਲ ਲਾਏ ਸੀ, ਕਿੰਨੇ ਸਵਾਲ ਪੁੱਛਣ ਦੇ, ਤੇ ਵੀ ਪਤਾ ਲੱਗ ਜੂਗਾ, ਇਹ ਵੀ ਪਤਾ ਲੱਗ ਜੂਗਾ ਕਿ ਡਿਮਾਂਡ ਕੀ ਸੀ ਤੇ ਉਹਦਾ ਜਵਾਬ ਆਇਆ ਕੀ, ਇਹ ਵੀ ਪਤਾ ਲੱਗ ਜੂਗਾ। ਸਹਿ ਸਾਹਿਬ ਦੇਖੋ ਬਿਲਕੁਲ, ਜੇ ਲਾਈਵ ਟੈਲੀਕਾਸਟ ਹੋਏਗੀ ਤਾਂ ਜੋ ਵੀ ਕਾਰਵਾਈ ਹੁੰਦੀ ਹੈ ਵਿਧਾਨ ਸਭਾ ਦੇ ਅੰਦਰ ਉਹ ਸਾਰੀ ਲੋਕਾਂ ਦੇ ਸਾਹਮਣੇ ਹੋਏਗੀ, ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਹੈ। ਅਤੇ ਲੇਕਿਨ ਮੈਨੂੰ ਦੇਖੋ ਇਸ ਗੱਲ ਦੇ ਵਿੱਚ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕਾਂਗਰਸ ਪਾਰਟੀ ਹੀ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ, ਜਿਹੜਾ ਇੱਕ ਰੈਵੋਲਿਊਸ਼ਨਰੀ ਐਕਟ ਸੀਗਾ ਜਿਹਦੇ ਨਾਲ ਸਿਟੀਜ਼ਨ ਨੂੰ ਲੋਕਾਂ ਨੂੰ ਇੰਪਾਵਰਮੈਂਟ ਮਿਲੀ। ਅੱਜ ਆਪਾਂ ਨੂੰ ਇੱਕ ਇਹਦਾ ਵਿਰੋਧ ਵੀ ਹੋ ਰਿਹਾ ਹਜੇ ਵੀ ਮੋਦੀ ਨੇ ਗਵਰਨਮੈਂਟ ਨੇ ਆਰ ਟੀ ਆਈ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਬਹਾਨਾ ਲੈ ਕੇ ਕਿ ਜਿਹੜੇ ਆਫੀਸਰਸ ਨੇ ਉਹ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ ਇੱਥੇ ਵੀ ਇਤਿਹਾਸਕ ਫੈਸਲਾ ਕਰ ਦਿਓ ਤੁਸੀਂ ਸਵੈ ਸਾਹਿਬ, ਇੱਥੇ ਡਿਸੀਜਨ ਮੇਕਿੰਗ ਇੱਥੇ ਵੀ ਇਤਿਹਾਸਕ ਫੈਸਲਾ ਕਰ ਦਿਓ, ਕਾਂਗਰਸ ਨੂੰ ਫਿਰ ਕ੍ਰੈਡਿਟ ਜਾਊਗਾ, ਕਰ ਦਿਓ ਇਤਿਹਾਸਕ ਫੈਸਲਾ। ਇਹ ਕਰਨ ਤਿਆਰ ਸੀ, ਤਿਆਰ ਹੋ ਅਸੀਂ ਤਾਂ ਨਹੀਂ ਨਹੀਂ ਤੁਸੀਂ ਦੇਖੋ ਆਰ ਟੀ ਆਈ ਐਕਟ ਬੜਾ ਇਨਕਲਾਬੀ ਆ, ਕੋਈ ਪਾਰਟੀ ਨੂੰ ਆਪਦੇ ਤੇ ਲਾਗੂ ਕਰਨ ਦੀ ਤਿਆਰ ਨਹੀਂ, ਮੇਰਾ ਉਹੀ ਸਵਾਲ ਸੀ, ਫੰਡਾਂ ਤੇ ਪਾਰਦਰਸ਼ਤਾ ਬਹੁਤ ਜ਼ਰੂਰੀ ਆ, ਕੋਈ ਪਾਰਟੀ ਪੂਰਾ ਹਿਸਾਬ ਦੇਣ ਨੂੰ ਤਿਆਰ ਨਹੀਂ, ਜਿਹੜਾ 20,000 ਤੋਂ ਘੱਟ ਦਾ ਫੰਡ ਆ 80% ਉਹ ਤੋਂ ਇਕੱਠਾ ਕਰਦੇ ਨੇ, ਜਿਹਦੀ ਕਿਤੇ ਜਵਾਬਦੇਹੀ ਨਹੀਂ, ਕੋਈ ਪਾਰਟੀ ਨਾ ਪਾਰਦਰਸ਼ਤਾ ਨੂੰ ਆਪਦੇ ਉੱਤੇ ਲਾਗੂ ਕਰਨ ਨੂੰ ਤਿਆਰ ਆ, ਨਾ ਜਵਾਬਦੇਹੀ ਲਾਗੂ ਕਰਨ ਨੂੰ ਤਿਆਰ ਆ। ਇਹ ਠੀਕ ਹੈ, ਹੁਣ ਇੱਕ ਸਾਂਝਾ ਜਿਹਾ ਮੁੱਦਾ ਆ ਗਿਆ, ਇਹ ਤੇ ਸਾਰੇ ਸਹਿਮਤ ਨੇ। ਮਾਲੀ ਸਾਹਿਬ ਪਾਰਟੀ ਦੀਆਂ ਮਜਬੂਰੀਆਂ ਨਾ, ਫੰਡ ਦੱਸਤੇ ਤਾਂ ਫਿਰ ਸਾਰਾ ਕੁਝ ਨੰਗਾ ਹੋ ਗਿਆ। ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਪਾਰਦਰਸ਼ਤਾ ਫੰਡਾਂ 'ਚ ਕਿਉਂ ਨਾ ਹੋਵੇ ਜੀ। ਮਾਲੀ ਸਾਹਿਬ ਆਮ ਆਦਮੀ ਪਾਰਟੀ ਚਾਹੁੰਦੀ ਆਰ ਟੀ ਆਈ ਦੇ ਦਾਇਰੇ ਵਿੱਚ ਆਉਣ। ਕੇਪੀ ਸਿੰਘ ਜਦੋਂ ਪਹਿਲਾਂ ਇਸ਼ੂ ਇਲੈਕਸ਼ਨ ਕਮਿਸ਼ਨ ਨੇ ਕਾਲ ਕੀਤਾ ਸੀ, ਸਭ ਤੋਂ ਪਹਿਲੀ ਆਮ ਆਦਮੀ ਪਾਰਟੀ ਜੀ ਨੇ ਇਨ ਰਾਈਟਿੰਗ ਦਿੱਤਾ ਹੋਇਆ ਕਿ ਅਸੀਂ ਆਰ ਟੀ ਆਈ ਐਕਟ ਦੇ ਵਿੱਚ ਆਉਣ ਨੂੰ ਤਿਆਰ ਹਾਂ, ਉੱਥੋਂ ਅਕਾਲੀ ਦਲ ਬੀਜੇਪੀ ਕਾਂਗਰਸ ਸਾਰੀਆਂ ਪਾਰਟੀਆਂ ਦੀ ਵੈਬਸਾਈਟ ਤੋਂ ਫੰਡ ਸੀ ਹਟਾਤੇ, ਉਹਦਾ ਇਸ਼ੂ ਹੋ ਰਹਾ ਉਹ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ, ਉਹ ਮੁੱਦਾ ਹੋ ਰਿਹਾ ਜਿਸ ਦਿਨ ਡਿਬੇਟ ਰੱਖੋਗੇ ਮੈਂ ਤੁਹਾਨੂੰ ਦੱਸ ਦੂੰਗਾ, ਉਹ ਇਸ ਨਾਲ ਕੰਸਰਨ ਨਹੀਂ ਹੈਗਾ। ਦੂਜੀ ਗੱਲ, ਅਸੀਂ ਮੈਨੀਫੈਸਟੋ ਨੂੰ ਲੀਗਲ ਬਣਾਉਣ ਲਈ ਵਾਰ ਵਾਰ ਗੱਲ ਕਰਦੇ ਹਾਂ ਕਿ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਅਸੀਂ ਸਿਟੀਜ਼ਨ ਚਾਰਟਰ ਦੀ ਗੱਲ ਕਰਦੇ ਹਾਂ, ਅਸੀਂ ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਬਿੱਲ ਦੀ ਗੱਲ ਕਰਦੇ ਹਾਂ, ਅਸੀਂ ਲੋਕਪਾਲ ਬਿੱਲ ਸਾਡਾ ਸੈਂਟਰ ਗਵਰਨਮੈਂਟ ਕੋਲ ਪੈਂਡਿੰਗ ਪਿਆ, ਵੀਟੋ ਕਰਿਆ ਹੋਇਆ 4-3 ਸਾਲ ਤੋਂ, ਸੈਂਟਰ ਗਵਰਨਮੈਂਟ ਪਾਸ ਨਹੀਂ ਕਰ ਰਹੀ, ਅਸੀਂ ਸਾਰੇ ਸੁਧਾਰਾਂ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਾਂ। ਦੂਜੀ ਗੱਲ ਜਿਹੜੀ ਵਾਰ ਵਾਰ ਧਾਰਨੀ ਸਾਹਿਬ ਨੇ ਗੱਲ ਕੀਤੀ ਹੈ ਤੇ ਬਾਟ ਸਾਹਿਬ ਨੇ ਵੀ ਗੱਲ ਕੀਤੀ ਹੈ, ਮੈਂ ਕਲੀਅਰ ਕਰਦਾ ਕਿ ਜਿਹੜੇ ਅਸੀਂ ਹਾਈਕੋਰਟ 'ਚ ਰਿਟ ਪਟੀਸ਼ਨ ਪਾਈ ਆ ਉਹਦੇ ਵਿੱਚ ਅਸੀਂ ਇਹੀ ਗੱਲ ਕਹੀ ਆ ਕਿ ਅਸੀਂ ਦੋ ਵਾਰ ਮੈਮੋਰੈਂਡਮ ਦਿੱਤਾ ਸਪੀਕਰ ਸਾਹਿਬ ਨੂੰ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ, ਸਾਡਾ ਜਿਹੜਾ ਮੈਮੋਰੈਂਡਮ ਆ ਵੀਟੋ ਕੀਤਾ ਹੋਇਆ, ਹਾਈਕੋਰਟ ਨੇ ਇਹੀ ਗੱਲ ਕੀਤੀ ਕਹੀ ਆ ਕਿ ਜਿਹੜੇ ਮੈਂਬਰਾਂ ਨੂੰ ਤੁਹਾਡੇ ਕੋਲ ਪੈਂਡਿੰਗ ਨੇ ਉਹਨਾਂ ਨੂੰ ਡਿਸਾਈਡ ਕਰੋ, ਅਗਰ ਅਮਨ ਅਰੋੜਾ ਜੀ ਸੈਟਿਸਫਾਈ
ਸੈਟਿਸਫਾਈਡ ਨਹੀਂ ਹੁੰਦੇ ਤਾਂ ਉਹ ਦੁਬਾਰਾ ਆ ਸਕਦੇ ਨੇ, ਉਹਨਾਂ ਮੈਮੋਰੈਂਡਮ ਦੀ ਗੱਲ ਹੋਈ ਆ, ਅਸੀਂ ਸਿੱਧੇ ਨਹੀਂ ਗਏ, ਅਸੀਂ ਕੋਈ ਪੁੱਠਾ ਕਰਨ ਨਹੀਂ ਫੜਿਆ, ਅਸੀਂ ਸਿੱਧਾ ਕਰਨ ਫੜਿਆ ਹੋਇਆ। ਧਾਰਨੀ ਸਾਹਿਬ ਤੁਸੀਂ ਸਪੋਰਟ ਕਰੋ ਨਾ ਕਰੋ, ਪਰ ਪੰਜਾਬ ਦੀ ਜਨਤਾ ਦੇਖ ਰਹੀ ਆ। ਅਮਨ ਅਰੋੜਾ ਜੀ ਜੇ ਇਜਲਾਸ ਦੇ ਵਿੱਚ ਖੜੇ ਹੋ ਕੇ ਗੱਲ ਕਹਿੰਦੇ ਆ, ਕਿੰਨੀ ਵਾਰ ਹੋ ਚੁੱਕੀ ਇਹ ਗੱਲ ਤਾਂ ਸੁਣ ਲਓ ਜੀ ਮਿੱਤਲ ਸਾਹਿਬ। ਸਵਾਲ ਇਹ ਹੈਗਾ ਮਿੱਤਲ ਸਾਹਿਬ, ਜਿਹੜੇ ਬਾਕੀ ਵਿਧਾਇਕ ਹੈਗੇ ਜਿਹੜੇ ਖਹਿਰਾ ਸਾਹਿਬ ਦੇ ਨਾਲ ਚੱਲੇਗੇ, ਉਹ ਵੀ ਖੜੇ ਹੋ ਕੇ ਸਪੋਰਟ ਕਰਨਗੇ ਕਿ ਨਹੀਂ? ਦੇਖੋ ਜਿਹੜੇ ਸਾਡੇ ਨਾਲ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਹੁਣ ਤਾਂ ਤੁਹਾਡੇ ਕੋਲ ਤਾਂ ਥੋੜੇ ਰਹਿ ਗਏ ਨਾ, ਥੋੜੇ ਨੇ ਚਾਹੇ ਬਹੁਤੇ ਨੇ, ਸਾਡੇ ਕੋਲ ਅਜੇ ਵੀ ਮਿੰਟ ਬਾਅਦ ਦਾ, ਅਸੀਂ ਵਿਧਾਨ ਸਭਾ ਦੇ ਵਿੱਚ ਕਈ ਵਾਰ ਇਹ ਮੁੱਦਾ ਚੱਕਦੇ ਹਾਂ। ਮਾਲੀ ਸਾਹਿਬ ਲਾਸਟ ਮਿੰਟ ਫੜਾ ਇੱਕ ਵਾਰ ਮੁੱਦਾ ਚੱਕਦੇ ਹਾਂ, ਇਹ ਮਸਲਾ ਇਹ ਹੈ ਜੀ, ਇਹ ਤੇ ਕੋਈ ਵਿਰੋਧ ਨਹੀਂ ਕਰੂਗਾ, ਮੋਡੈਲਿਟੀ ਜੀ ਤੇ ਕੋਈ ਫਰਕ ਹੋਣਾ ਹੋ ਸਕਦਾ, ਪਰ ਇੱਕ ਨਵਾਂ ਤਰੀਕਾ ਲੱਭ ਲਿਆ ਪਾਰਟੀਆਂ ਨੇ। ਅਸੀਂ ਤਾਂ ਜੀ ਮੈਨੀਫੈਸਟੋ ਨੂੰ ਕਾਨੂੰਨੀ ਬਣਾਉਣ ਨੂੰ ਤਿਆਰ ਆ, ਆਰਟੀਆਈ ਚੋਣ ਨੂੰ ਤਿਆਰ ਆ, ਫਿਰ ਤੁਸੀਂ ਕਹੋ ਨਾ ਵੀ ਸਾਨੂੰ ਅਰਜੀ ਦਿਓ ਜੀ, ਅਸੀਂ ਆਰਟੀ ਦੇ ਅਨੁਸਾਰ ਜਵਾਬ ਦੇਵਾਂਗੇ। ਅੱਛਾ ਸਪੀਕਰ ਸਰ, ਜਿੰਨਾ ਚਿਰ ਜਦੋਂ ਕਾਨੂੰਨ ਬਣੂ ਉਦੋਂ ਆਵਾਂਗੇ, ਤੁਸੀਂ ਪਹਿਲ ਕਰੋ ਨਾ ਕਾਨੂੰਨ ਦੇ ਮੁਤਾਬਕ। ਕਿਸੇ ਵੀ ਜੇ ਸਾਰੇ ਬੋਲਣ ਅਸੈਂਬਲੀ ਦੇ ਵਿੱਚ ਬੋਲਣ, ਸੈਸ਼ਨ ਆ ਰਿਹਾ, ਬੋਲਣ ਵੀ ਕਰੋ ਤੁਸੀਂ। ਚਲੋ ਇਹ ਚਰਚਾ ਇੱਥੇ ਸਮਾਪਤ ਕਰਨੀ, ਇੱਥੇ ਸਮਾਪਤ ਕਰਨੀ ਪੈਣੀ ਹੈ। ਇਹ ਤੁਸੀਂ ਸੈਸ਼ਨ ਵਿੱਚ ਦੇਖ ਲਿਓ ਇਹਨਾਂ ਨੂੰ ਕਿੰਨੀ ਮੰਗ ਚੱਕਦੇ, ਕਿੰਨੀ ਮੰਗ ਚੱਕਦੇ। ਮੀਡੀਆ ਦੇ ਅੱਗੇ ਇਹਨਾਂ ਨੇ ਮੰਗ ਚੁੱਕੀ ਹੈ ਕਿ ਉਹਦਾ ਅਸੀਂ ਸਵਾਗਤ ਕਰਦੇ ਹਾਂ, ਅਸੀਂ ਇਸ ਇਸ਼ੂ ਤੇ ਚਰਚਾ ਵੀ ਕੀਤੀ ਹੈਗੀ ਹੈ, ਡਿਬੇਟ ਕੀਤੀ ਹੈਗੀ ਆ, ਕੋਸ਼ਿਸ਼ ਕੀਤੀ ਹੈ ਕਿ ਚੀਜ਼ਾਂ ਨਿਕਲ ਕੇ ਬਾਹਰ ਆਉਣ, ਸੱਚ ਪਤਾ ਲੱਗੇ, ਤੇ ਇਸ ਲਈ ਅਸੀਂ ਸੰਜੀਦਗੀ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਜੀਦਗੀ ਤੁਸੀਂ ਜੱਜ ਕਰਨੀ ਹੈ ਕਿੰਨੀ ਅਸੀਂ ਦਿਖਾ ਸਕੇ ਹਾਂ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਬਹਿਸ ਲਾਈਵ ਕਿਉਂ ਨਹੀਂ, ਇਜਲਾਸ ਦੀ ਕਾਰਵਾਈ ਲਾਈਵ ਕਿਉਂ ਨਹੀਂ, ਅਸੀਂ ਇਸ ਵਿਸ਼ੇ ਤੇ ਚਰਚਾ ਕੀਤੀ ਹੈ, ਪਰ ਸਵਾਲ ਇੱਥੇ ਆ ਕੇ ਰੁਕਦਾ ਹੈਗਾ ਕਿ ਤੁਸੀਂ ਇਹ ਕਾਰਵਾਈ ਦੇਖਣਾ ਚਾਹੁੰਦੇ ਹੋ, ਕੀ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਦੇਖਣਾ ਚਾਹੁੰਦੇ ਹੋ? ਇਸ 'ਤੇ ਤੁਹਾਨੂੰ ਕਦੇ ਪੁੱਛਿਆ ਹੈਗਾ ਇਹਨਾਂ ਨੇ ਕਿ ਤੁਸੀਂ ਕਾਰਵਾਈ ਦੇਖਣਾ ਚਾਹੁੰਦੇ ਕਿ ਨਹੀਂ ਦੇਖਣਾ ਚਾਹੁੰਦੇ? ਇਹ ਕਿਹੋ ਜਿਹੇ ਮੁੱਦੇ ਤੁਹਾਡੇ ਚੱਕਦੇ ਹੈਗੇ ਆ, ਕਿਹੋ ਜਿਹੀ ਉੱਥੇ ਭਾਸ਼ਾ ਵਰਤਦੇ ਹੈਗੇ ਆ? ਜੇ ਉੱਥੋਂ ਦੀ ਭਾਸ਼ਾ ਦਾ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਜਾਵੇ ਤਾਂ ਸ਼ਾਇਦ ਤੁਸੀਂ ਵੀ ਪਾਣੀ ਪਾਣੀ ਹੋ ਜਾਵੋਗੇ, ਕਿਉਂਕਿ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਉੱਥੇ ਕਈ ਵਾਰ ਕੀਤਾ ਜਾਂਦਾ ਹੈਗਾ, ਇਹੋ ਜਿਹੇ ਭੱਦੇ ਇਸ਼ਾਰੇ ਕੀਤੇ ਜਾਂਦੇ ਹੈਗੇ ਆ ਜਿਹੜੇ ਅਸੀਂ ਤੁਹਾਨੂੰ ਇੱਥੇ ਦੱਸ ਵੀ ਨਹੀਂ ਸਕਦੇ। ਅਸੀਂ ਉੱਥੇ ਜਦੋਂ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਚਿੱਟੇ ਕੱਪੜਿਆਂ ਦੇ ਪਿੱਛੇ ਕੋਈ ਹੋਰ ਚਿਹਰਾ ਵੀ ਲੁਕਿਆ ਹੋਇਆ। ਸਾਰੇ ਇਹੋ ਜਿਹੇ ਤਾਂ ਨਹੀਂ ਹੈਗੇ, ਪਰ ਕੁਝ ਕੁ ਹੈਗੇ ਆ, ਉਹਨਾਂ ਨੂੰ ਤੁਹਾਨੂੰ ਦੇਖਣਾ ਬਣਦਾ ਕਿ ਉਹ ਲਾਈਵ ਕਿਹੋ ਜਿਹੇ ਲੱਗਦੇ ਆ। ਬਹੁਤ ਧੰਨਵਾਦ।